ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਕੀ ਜੈ ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤਿਰਨ ਕਹਿਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਥ ਅਸ ਕਿਰਪਾਨ ਖੰਡੋ ਖੜਗ ਤਬੁਕ ਤਬਰ ਅਰਤੀ ਐਬ ਸਰੋਹੀ ਸਹਤੀ ਯਹਿ ਹਮਾਰੈ ਪੀ ਤੀਰ ਤੁਹੀ ਸਹਤੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੇਗ ਅਰਤੀ ਅਹੀਂ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਵੀ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਵਾਰੀ ਸਰਬ ਠਾਉਰ ਮੋਹ ਸੁਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਨਮਸ਼ਕਾਰ ਸ਼੍ਰੀ ਖੜਗ ਕੋ ਕਰੋ ਸਹਿਤ ਚਿਤ ਲਾਇ ਪੂਰਨ ਕਰੋ ਗ੍ਰੰਥ ਤੁਮ ਕਰੋ ਸਹਾਇ ਮੁਕ ਚਿਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਭੁ ਤੁਛ ਹਮਾਰੀ ਵਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ
ਆਪ ਲਿਹੋ ਤਮ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀਓ। ਤਿਲੰਗ ਕਾਫੀ ਪਾਤਸ਼ਾਹੀ ਦਸਵੀ, ਕੇਵਲ ਕਾਲ ਈ ਕਰਤਾਰ, ਆਦ ਅੰਤ ਅਨੰਤ ਮੂਰਤ, ਗੜਨ ਭੰਜਨ ਹਾਰ। ਤਿਲੰਗ ਕਾਫੀ ਪਾਤਸ਼ਾਹੀ ਦਸਵੀ, ਕੇਵਲ ਕਾਲ ਈ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜੋ ਬਾਣੀ ਅਤੇ ਸ਼ਬਦ ਵਿਸ਼ੇਸ਼ ਕਰਕੇ ਜ਼ਿਆਦਾ ਮੁਖਤਾ ਰੱਖਦੇ ਹਨ, ਜਿਨ੍ਹਾਂ ਦੇ ਪੜ੍ਹਨ ਦਾ ਜ਼ਿਆਦਾ ਫਲ ਹੈ, ਜਿਨ੍ਹਾਂ ਨੂੰ ਹਜ਼ਾਰੇ ਦੇ ਸ਼ਬਦ ਵੀ ਕਿਹਾ ਜਾਂਦਾ ਹੈ ਕਿ ਹਜ਼ਾਰਾਂ ਸ਼ਬਦ ਪੜ੍ਹਿਆ ਜਿੰਨਾ ਪੜ੍ਹਨ ਤੋਂ ਫਲ ਹੁੰਦਾ ਹੈ। ਉਹ ਹਜ਼ਾਰੇ ਦੇਸ਼ ਦੀ ਸੰਗਤ ਆਈ ਸੀ, ਉਹਨਾਂ ਦੇ ਪਰਸਾਏ ਆਪ ਜੀ ਨੇ ਸ਼ਬਦ ਉਚਾਰਨ ਕੀਤੇ ਸਨ ਅਤੇ ਬਖਸ਼ੇ ਸਨ। ਉਹਨਾਂ ਵਿੱਚੋਂ 6 ਸ਼ਬਦ ਆਪਾਂ ਪੂਰੀਆਂ ਕਰ ਲਏ ਹੈ। ਅੱਜ 7ਵੇਂ ਸ਼ਬਦ ਦੀ ਪ੍ਰਾਰੰਭਤਾ ਕਰ ਰਹੇ ਹਾਂ। ਇਸਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜਾ ਕਰਤਾਰ ਹੈ, ਜਿਹਦੇ ਘਰ ਹੱਥ ਵਿੱਚ ਸਾਰਿਆਂ ਦੀ ਰੋਜ਼ੀ ਰੂਪ ਤਾਰ ਹੈ, ਸਾਰਿਆਂ ਦੇ ਹੱਥ ਵਿੱਚ, ਸਾਰਿਆਂ ਦੀ ਰੋਜ਼ੀ ਹੱਥ ਵਿੱਚ ਹੈ, ਕਿਉਂਕਿ ਉਹ ਡਿਊਟੀ ਪਰਮੇਸ਼ਰ ਨੇ ਰੋਜ਼ੀ ਦੇਣ ਦੀ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਜੋ ਮੁਸਲਮਾਨਾਂ ਦੇ ਵਿੱਚੋਂ ਜਿਹੜੇ ਉਹ ਮੂਸਾ ਨੇ ਕਿਹਾ ਸੀ ਵੀ ਇਹ ਖੁਦਾ ਜਿਹੜਾ ਰੋਜ਼ੀ ਦੀ ਆਪਣੇ ਹੱਥ ਵਿੱਚ ਤਾਰ ਜੀ ਰੱਖੀ ਹੋਈ ਹੈ ਨਾ, ਇਹਦਾ ਮਤਲਬ ਇਹ ਹੈ ਵੀ ਸਾਰੇ ਦੁਨੀਆਂ ਦੇ ਲੋਕ ਮੇਰੇ ਅਧੀਨ ਹੋਣ, ਮੇਰੇ ਮੂੰਹ ਵੱਲ ਝਾਕਣ। ਜਿਵੇਂ ਬਾਕੀ ਜਿਹੜੇ ਲੋਕ ਬੜੇ ਬੜੇ ਤੋਂ ਭੇਜੇ ਹੈ ਪੈਗੰਬਰ ਵਗੈਰਾ, ਉਹ ਨਹੀਂ ਕੁਝ ਕਰ ਸਕਦੇ, ਉਹ ਵੀ ਰੋਜ਼ੀ ਕਿਸੇ ਨੂੰ ਦੇ ਹੀ ਸਕਦੇ ਸੀ। ਉਹ ਖੁਦਾ ਨੇ ਕਿਹਾ ਉਹ ਮੂਸੇ
ਇਹ ਰੋਜੀ ਜਿਹੜੀ ਮੈਂ ਆਪਣੇ ਇਤਿਹਾਸ ਦੇ ਹੱਥ ਵਿੱਚ ਰੱਖੀ ਹੋਈ ਹੈ, ਜੇ ਦੂਜਿਆਂ ਦੇ ਹੱਥ ਵਿੱਚ ਦਿੰਦਾ ਉਹ ਆਪਣਿਆਂ ਨੂੰ ਦੇ ਦਿੰਦੇ ਆ, ਕੁਝ ਨੂੰ ਦਿੰਦੇ ਆ ਕੁਝ ਨੂੰ ਨਹੀਂ ਦਿੰਦੇ। ਮੇਰਾ ਜੀ ਐਸਾ ਤਾਂ ਨਹੀਂ ਹੋ ਸਕਦਾ, ਕਹਿੰਦੇ ਤੈਨੂੰ ਤੁਸੀਂ ਮੈਨੂੰ ਡਿਊਟੀ ਦਿਓ, ਮੇਰੀ ਪਰਖ ਕਰੋ ਮੈਂ ਸਾਰਿਆਂ ਨੂੰ ਦਿੰਦਾ ਕਿ ਨਹੀਂ ਦਿੰਦਾ, ਮੈਂ ਪਹੁੰਚਾਊ ਸਾਰਿਆਂ ਨੂੰ ਰੋਜੀ। ਕਹਿੰਦੇ ਵੀ ਚੰਗਾ, 8 ਕੁ ਪੈਰ ਦੀ ਰੋਜੀ ਦਾ ਤੇਰੇ ਸੋਰਤ ਦਾ ਇਹ ਕੰਮ, ਲੈ ਕੋਈ ਰਹਿ ਨਾ ਜਾਵੇ, ਛੱਡ ਨਾ ਦਈ ਵਿੱਚ ਵਿਚਾਲੇ, ਸਾਰਿਆਂ ਨੂੰ ਰੋਜੀ ਪਹੁੰਚਾਈ। ਕਹਿਣ ਲੱਗਾ ਜੀ ਨਹੀਂ, ਐਸਾ ਨਹੀਂ ਹੋਊਗਾ, ਤੁਹਾਡੇ ਵਾਂਗ ਮੈਂ ਸਾਰਿਆਂ ਨੂੰ ਰੋਜੀ ਦਊ। ਖੁਦਾ ਨੇ ਜਦੋਂ ਪੁੱਛ ਪੜਤਾਲ ਕੀਤੀ ਕਿ ਉਹ ਵੀ ਰੋਜੀ ਸਾਰਿਆਂ ਨੂੰ ਦੇ ਤੀ, ਕਹਿੰਦਾ ਹਾਂ ਜੀ ਦੇ ਤੀ। ਕਹਿਣ ਲੱਗੇ ਓਏ ਮੂਸੇ, ਆ ਜਿਹੜੇ ਸੂਰ ਆ ਇਹਨਾਂ ਨੂੰ ਰੋਜੀ ਕਿਉਂ ਨਹੀਂ ਦਿੱਤੀ, ਇਹਨਾਂ ਨੂੰ ਖਾਣ ਦਾ ਕਿਉਂ ਨਹੀਂ ਦਿੱਤਾ, ਪ੍ਰਬੰਧ ਕਿਉਂ ਨਹੀਂ ਕੀਤਾ? ਕਹਿੰਦਾ ਜੀ ਇਹ ਤਾਂ ਬਲ ਹੈ, ਇਹਨਾਂ ਨੇ ਸਾਡੇ ਮੋਹਮਦ ਸਾਹਿਬ ਦੇ ਪੱਟ ਵਿੱਚ ਹੁੱਡ ਮਾਰੀ ਸੀ, ਉਹਦਾ ਪੱਟ ਪਾੜਤਾ ਸੀ, ਸਾਡੇ ਮੁਸਲਮਾਨ ਤੈਨੂੰ ਦੇਖਣਾ ਨਹੀਂ ਚਾਹੁੰਦੇ, ਇਸ ਕਰਕੇ ਇਹ ਬਦਾਨੁਕਾਰੀ ਹੈ, ਜਿਹੜੇ ਹੁਕਮਰਾਂ ਦੇ ਸਿਰ ਹੁੱਡ ਮਾਰਨ ਪੱਟ ਪਾੜਨ, ਇਹੋ ਜਿਹਾ ਨੇ ਦੁਸ਼ਟਾਂ ਨੂੰ ਕਿਉਂ ਰੋਜੀ ਦੇਣੀ? ਕਹਿਣ ਲੱਗੇ ਵੀ ਇਹ ਜਿਹੜਾ ਕਿਸੇ ਨੇ ਕੋਈ ਕਰਮ ਕੀਤਾ ਉਹਦਾ ਵੱਖਰਾ ਫਲ ਹੈ, ਰੋਜੀ ਨਹੀਂ ਬੰਦ ਕਰਨੀ ਹੈ, ਰੋਜੀ ਦੇਣੀ ਹੈ, ਭਾਵੇਂ ਕੋਈ ਪਾਪ ਕਰੇ ਭਾਵੇਂ ਕੋਈ ਪੁੰਨ ਕਰੇ, ਜਿੰਨਾ ਮਾੜਾ ਕੰਮ ਕਰੇ ਉਹ ਰੋਜੀ ਉਹਨੂੰ ਦੇਈ ਜਾਣੀ ਹੈ, ਰੋਜੀ ਨਹੀਂ ਬੰਦ ਕਰਨੀ, ਉਹ ਮਾੜੇ ਕਰਮ ਦਾ ਫਲ ਵੱਖਰਾ ਦੇ ਦੇਣਾ ਹੈ। ਕਹਿੰਦੇ ਚਲੋ ਇਹ ਤਾਂ ਹੋ ਨਾ ਬਾਦ, ਤੁਸੀਂ ਕਹਿੰਦੇ ਮੁਹੰਮਦ ਸਾਹਿਬ ਦੇ ਪੱਟ ਇਹਨਾਂ ਨੇ ਹੁੱਡ ਮਾਰੀ ਸੀ, ਇਸ ਕਰਕੇ ਮਾੜੇ ਨੇ, ਇੱਕ ਹੋਰ ਜਿਹੜਾ ਇਨਸਾਨ ਸੀ ਉਹ ਵੀ ਰਹਿ ਗਿਆ ਸੀ, ਕਹਿੰਦੇ ਉਹਨੂੰ ਨੀ ਤੂੰ ਰੋਜੀ ਦਿੱਤੀ? ਕਹਿੰਦੇ ਉਹ ਤਾਂ ਜੀ ਸਾਰਿਆਂ ਤੋਂ ਭੈੜਾ ਸੀ, ਇਹੋ ਜਿਹਾ ਤਾਂ ਦੁਨੀਆਂ ਵਿੱਚ ਕੋਈ ਭੈੜਾ ਮਨੁੱਖ ਹੀ ਨਹੀਂ ਹੁੰਦਾ ਹੈ। ਕਹਿੰਦੇ ਵੀ ਕੀ? ਕਹਿੰਦੇ ਜੀ ਉਹ ਮੰਦ ਕਰਮੀ ਸੀ, ਮੰਦ ਕਰਮ ਕਰ ਰਿਹਾ ਸੀ, ਕੋਈ ਔਰਤ ਮਰੀ ਹੋਈ ਸੀ ਉਹਨੂੰ ਕਬਰ ਵਿੱਚੋਂ ਕੱਢ ਕੇ ਉਹਦੇ ਨਾਲ ਖੇ ਖਾਂਦਾ ਸੀ, ਉਹ ਮੁਰਦੇ ਨਾਲ ਕੋਈ ਇਹੋ ਜਿਹਾ ਕਰਦਾ? ਇਸ ਕਰਕੇ ਉਹ ਬੜਾ ਪੁਰੀ ਸੀ, ਮਨ ਕਰਮੀ, ਉਹਨੂੰ ਨਹੀਂ ਦਿੱਤੀ, ਵੀ ਇਹਨੂੰ ਕੀ ਦੇਣਾ ਇਹੋ ਜਿਹੇ ਨੂੰ? ਖੁਦਾ ਕਹਿਣ ਲੱਗਿਆ ਵੀ ਇਹੀ ਤਾਂ ਗੱਲ ਹੈ, ਜਿਹੜਾ ਉਹਨੇ ਮਨ ਤੋਂ ਮਨ ਕਰਮ ਕੀਤਾ ਉਹਦਾ ਫਲ, ਉਹਦੀ ਸਜ਼ਾ ਉਹਨੂੰ ਵੱਖਰੀ ਦਿੱਤੀ ਜਾ ਸਕਦੀ, ਰੋਜੀ ਨਹੀਂ ਬੰਦ ਕਰਨੀ, ਰੋਜੀ ਦੇਣੀ ਹੈ। ਇਸੇ ਕਰਕੇ ਡਿਊਟੀ ਮੈਂ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਵੀ ਕਿਸੇ ਨੂੰ ਨਹੀਂ, ਵੀ ਕਿਸੇ ਨੇ ਪੂਰੇ ਨਿਪਟਣਾ ਨਹੀਂ ਹੈ। ਇਸ ਕਰਕੇ ਉਹਦਾ ਨਾਂ ਕਰਤਾਰ ਹੈ, ਵੀ ਜਿਹਦੇ ਹੱਥ ਵਿੱਚ ਕਰਨ ਹੱਥ ਦਾ ਹੁੰਦਾ ਰੋਜੀ ਰੂਪੀ ਤਾਰ, ਸਭ ਨੂੰ ਸਮੇਂ ਅਨੁਸਾਰ ਰੋਜੀ ਪਹੁੰਚਾਉਂਦਾ,
ਆ ਜਿਹੜੇ ਕੋਈ ਸਾਫ ਪਦੇ ਥਾਂ ਤੇ ਬੈਠੇ ਉਹਨਾਂ ਨੂੰ ਤਾਂ ਪਹੁੰਚਾਉਣੀ ਪਹੁੰਚਾਉਣੀ, ਉਹ ਤਾਂ ਜਿਹੜੇ ਪੱਥਰਾਂ ਵਿੱਚ ਕੀੜੇ ਪੈਦਾ ਹੋਏ ਹੋਏ ਆ, ਜਿਨ੍ਹਾਂ ਨੂੰ ਕੋਈ ਬਾਹਰੋਂ ਉਹ ਜਾਣ ਵਾਸਤੇ ਕੋਈ ਰਸਤਾ ਹੀ ਹੈ ਨਹੀਂ ਹੈ, ਤੇ ਉਹਨਾਂ ਨੂੰ ਵੀ ਉੱਥੇ ਉਹ ਚੌਲ ਪਹੁੰਚਾਉਂਦਾ ਹੈ, ਖਾਣ ਲਈ ਸ਼ੱਕਰ ਪਹੁੰਚਾਉਂਦਾ ਹੈ। ਇਸੇ ਕਰਕੇ ਭਾਈ ਭਗਤ ਧੰਨਾ ਜੀ ਨੇ ਮਨੁੱਖ ਨੂੰ ਸੰਬੋਧਨ ਕਰਦਿਆਂ ਕਿਹਾ ਵੀ ਤੂੰ ਕੀ ਫਿਕਰ ਕਰਦਾ ਵੀ ਬੇ ਮੈਂ ਭਗਤੀ ਕਰਨ ਲੱਗਿਆ, ਮੇਰਾ ਰੋਟੀ ਪਾਣੀ ਦਾ ਪ੍ਰਬੰਧ ਕੌਣ ਕਰੂ, ਰੋਜੀ ਕੌਣ ਦੋ, ਮੈਨੂੰ ਭੁੱਖਾ ਮਰ ਜੂ ਮੈਂ ਤਾਂ। ਭਗਤ ਧੰਨਾ ਜੀ ਕਹਿੰਦੇ ਪਾਖਣ ਕੀਟ ਗੋਤ ਹੋਏ ਰਹਿਤਾ ਤਾਂ ਚੋ ਮਾਰਗ ਨਾਈ। ਜਿਹੜਾ ਪੱਥਰ ਵਿੱਚ ਪੈਦਾ ਕੀੜਾ ਹੋਣ ਵਾਲਾ ਉਹ ਪੱਥਰ ਵਿੱਚ ਹੀ ਸਾਰੀ ਜ਼ਿੰਦਗੀ ਰਹਿੰਦਾ, ਉਹਨੂੰ ਕੋਈ ਬਾਹਰੋਂ ਰੋਜ਼ ਆਉਣ ਦਾ ਰਸਤਾ ਹੈ ਨਹੀਂ। ਤੂੰ ਤਾਂ ਰੜੇ ਮੈਦਾਨ ਵਿੱਚ ਬੈਠਾ ਹੈ, ਕਹਿ ਧੰਨਾ ਪੂਰਨ ਤਾਂ ਹੋਂ ਕੋ, ਉਹ ਪੂਰਨ ਪਰਮੇਸ਼ਰ ਉਹਨੂੰ ਵੀ ਉਹ ਦਿੰਦਾ, ਉਹ ਸਿੱਖ ਸ਼ੱਕਰ ਦੇਈ ਜਾਂਦਾ, ਉਹਨੂੰ ਚੌਲ ਦੇਈ ਜਾਂਦਾ ਖਾਣ ਵਾਸਤੇ, ਅਤੇ ਤੈਨੂੰ ਕਿਉਂ ਨੂੰ ਦਊਗਾ? ਤੂੰ ਜਦੋਂ ਉਹਦੀ ਭਗਤੀ ਕਰੇਗਾ, ਉਹਨੂੰ ਜਪੇਗਾ, ਯਾਦ ਕਰੇਗਾ, ਜਾਪ ਉਹਨੂੰ। ਮਾਤਰੇ ਜੀ ਡਰਾਹੀ ਮਤਾਂ ਆਪਣੇ ਜੀ ਵਿੱਚ ਡਰ, ਵੀ ਜੇ ਮੈਂ ਪਰਮੇਸ਼ਰ ਦੀ ਭਗਤੀ ਕਰਨ ਲੱਗ ਗਿਆ ਨਾ, ਕੰਮ ਨਾ ਕੀਤਾ, ਮੈਨੂੰ ਰੋਟੀ ਨਹੀਂ ਮਿਲਣੀ, ਮੈਂ ਭੁੱਖਾ ਮਰ ਜਾਊਂ। ਪਤਾ ਕੋਈ ਸ਼ਰਧਾ ਧਾਰ ਕੇ, ਭਾਵਨਾ ਧਾਰ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਏ, ਉਹਦੇ 'ਤੇ ਨਿਰਭਰ ਹੋ ਗਏ, ਉਹ ਭੁੱਖਾ ਮਰਨ ਦੀ ਕੀ ਗੱਲ ਹੈ? ਲੋਕ ਉਹਦੇ ਮੂੰਹ 'ਚ ਬੁਰਕੀਆਂ ਪਾਉਂਦੇ ਆ ਭਗਤੀ ਕਰਨ ਵਾਲੇ ਦੇ, ਵੀ ਇਹ ਰੱਬ ਦਾ ਭਗਤ ਹੈ, ਐਡੀ ਭਗਤੀ ਕਰਨ ਦਾ ਫਲ ਹੈ। ਮਰਨ ਵਾਲੇ ਬੁੜੇ ਦੇ ਕੋਈ ਘਰ ਦਾ ਜੀ ਜੰਤ ਨਹੀਂ ਨੇੜੇ ਹੁੰਦਾ ਹੈ, ਭਗਤੀ ਕਰਨ ਵਾਲੇ ਦੇ ਸੈਂਕੜੇ ਇਰਦ ਗਿਰਦ ਖੜੇ ਹੁੰਦੇ ਸਿੱਖ ਸੇਵਕ, ਵੀ ਇਹ ਜਿਹੜੀ ਸੇਵਾ ਕਰ ਲਓ, ਲਾਹਾ ਲੈ ਲਓ, ਸਾਨੂੰ ਵੀ ਕੁਝ ਮਿਲ ਲੂ। ਜਾਣੀ ਭਗਤੀ ਕਰਨ ਵਾਲੇ ਦੇ ਇਰਦ ਗਿਰਦ ਹਜ਼ਾਰਾਂ ਖੜੇ ਹੁੰਦੇ ਹੈ, ਫਿਰ ਬਰਸ਼ੀਆਂ ਵੀ ਉਹਨਾਂ ਦੀਆਂ ਮਨਾਉਂਦੇ, ਉਹਨਾਂ ਨੂੰ ਯਾਦ ਕਰਦੇ ਆ, ਕੀਰਤਨ ਕਰਾਉਂਦੇ ਆ, ਅਖੰਡ ਪਾਠ ਉਹਨਾਂ ਦੇ ਨਾਂ 'ਤੇ ਕਰਾਉਂਦੇ ਹੈ। ਜਿਹੜਾ ਭਗਤੀ ਤੋਂ ਹੈਣਾ ਘਰ ਦਾ ਬਜ਼ੁਰਗ ਮਰਿਆ ਹੈ, ਉਹ ਦਫ਼ਤਰਾਂ 'ਚ ਨਾ ਹੀ ਰਹਿ ਜਾਂਦਾ ਹੈ, ਉਹ ਜਿਹੜੀਆਂ ਨੂੰ ਪੁੱਛਦਾ ਇੱਕ ਵਾਰੀ ਤਾਂ ਸ਼ਾਇਦ ਮਾੜਾ ਮੋਟਾ ਜਿਹਾ ਕਰ ਦਿੰਦੇ ਔਖੇ ਸੌਖੇ ਜੇ, ਵੱਧ ਤੋਂ ਵੱਧ ਕਦਾ ਹੋਰ ਕਰ ਦੇਣਗੇ। ਉਹ ਵੀ ਵਹਿਮ 'ਚ ਪਏ ਆ, ਕਹਿੰਦੇ ਵੀ ਪਾਉਣ ਵਿੱਚ ਕਰਨਾ ਵੀ ਬੁੜਾ ਪੂਰਾ ਨਹੀਂ ਹੋਇਆ ਸੀ, ਮੈਂ ਤਾਂ ਵਿਚਾਰੇ ਮਰਿਆ। ਮੇਰੇ ਕੋਲ ਆ ਕੇ ਕਹਿੰਦੇ ਜੀ ਉਹ ਪਾਉਣਾ ਰੱਖਣੀ, ਪਾਉਣ ਰੱਖੀ ਹੈ। ਮੈਂ ਕਿਹਾ ਕੀ ਗੱਲ, ਵੀ ਉਹ ਪੂਰਾ ਤਾਂ ਹੋਇਆ ਸੀ, ਤਾਂ ਹੀ ਚਾਰ ਜਣੇ ਚੱਕ ਕੇ ਲਗਾਏ ਸੀ, ਜੇ ਪੂਰਾ ਨਹੀਂ ਹੋਇਆ ਸੀ? ਕਹਿੰਦਾ ਨਹੀਂ ਜੀ, ਉਹ ਅਧੂਰਾ ਰਿਹਾ ਜੀ, ਆਹ ਕਰਨਾ ਸੀ, ਉਹ ਕਰਨਾ ਸੀ। ਇਹ ਤਾਂ ਧੰਦੇ ਨਾਲ ਕਿਸੇ ਦੇ ਮੁੱਕੇ ਆ, ਦੁਨੀਆ ਮੁੱਕ ਜਾਂਦੀ ਹੈ, ਕੰਮ ਨਹੀਂ ਕਿਸੇ ਦੇ ਮੁੱਕੇ ਹੈ। ਉਹਦਾ ਜਿੰਨੀ ਕੁ ਡਿਊਟੀ ਲੱਗੀ ਸੀ ਉਹਨੇ ਪੂਰਾ ਹੀ ਕਰਕੇ ਗਿਆ ਹੈ, ਤੁਹਾਡੇ ਨਹੀਂ ਕੰਮ ਪੂਰੇ ਹੋਣੇ, ਤੁਹਾਡੇ ਤਾਂ ਅਧੂਰੇ ਰਹਿਣੇ ਆ ਸਾਰੀ ਜ਼ਿੰਦਗੀ। ਜ਼ਿੰਦਗੀ ਮੱਥਾ ਕੋਈ ਮਾਰੇ ਜਾਏ, ਤੁਸੀਂ ਕਹੋਗੇ ਆਹ ਨਹੀਂ ਕਰਿਆ, ਉਹ ਨਹੀਂ ਕਰਿਆ, ਆਹ ਛੱਡ ਗਿਆ, ਉਹ ਛੱਡ ਗਿਆ ਸਾਡਾ। ਇਸ ਕਰਕੇ ਪਰਮੇਸ਼ਰ ਜਿਹੜਾ ਉਹਦੀ ਕੋਈ ਭਗਤੀ ਕਰੇ, ਉਹਦੇ ਲਈ ਤਾਂ ਉਹ
ਵੱਖਰਾ ਪ੍ਰਬੰਧ ਕਰਦਾ। ਸਗਲ ਸੇਠ ਕੋ ਧਨੀ ਕੀ ਜੈ ਜਲ ਕੋ ਅੰਗ ਨਿਰਾਰੋ, ਵੀ ਉਹਨੇ ਤਾਂ ਸਾਰਿਆਂ ਦਾ ਮਾਲਕ ਉਹ ਕਿਹਾ ਜਾਂਦਾ ਪਰਮੇਸ਼ਰ, ਪਰ ਆਪਣੇ ਸੇਵਕ ਜਿਹੜੇ ਉਹਦੇ ਭਗਤੀ ਕਰਨ ਵਾਲੇ ਉਹਨਾਂ ਦਾ ਵੱਖਰਾ ਪੱਖ ਕਰਦਾ ਉਹ। ਜਿਵੇਂ ਮਾਂ ਪਿਓ ਦਾ ਕੋਈ ਆਗਿਆਕਾਰੀ ਹੋਵੇ ਤੇ ਮਾਂ ਪਿਓ ਆਪਣੀ ਪੂੰਜੀ ਉਹਨੂੰ ਦੇ ਦਿੰਦੇ ਹੁੰਦੇ ਨਾ ਬੱਕਰੀ, ਤੇ ਹੁੰਦੇ ਤਾਂ ਬਾਕੀ ਵੀ ਸਾਰੇ ਪੁੱਤ ਹੈ ਸਾਡੇ ਸਾਹਮਣੇ ਅਸੀਂ ਕਰਦੇ ਹਾਂ। ਐਵੇਂ ਅਸੀਂ ਸਾਰੇ ਪਰਮੇਸ਼ਰ ਦੇ ਪੁੱਤਰ ਹੈ, ਪਰ ਜਿਹੜੇ ਉਹਦੀ ਭਗਤੀ ਕਰਦੇ, ਉਹਦੀ ਆਗਿਆ ਵਿੱਚ ਰਹਿੰਦੇ, ਉਹਦੇ 'ਤੇ ਸ਼ਰਧਾ ਰੱਖਦੇ, ਉਹਨਾਂ ਦਾ ਵੱਖਰਾ ਪੱਖ ਕਰਦਾ, ਉਹਨੂੰ ਵੱਖਰੇ ਖੁੱਲ੍ਹੇ ਗੱਫੇ ਦਿੰਦਾ। ਇਸ ਕਰਕੇ ਅਸੀਂ ਉਹ, ਕਿਸੇ ਨੇ ਕਿਹਾ ਸੰਤਾਂ ਪਿੱਛੇ ਖਾਏ ਘਨੇਰੀ, ਵੀ ਜਿਹੜੇ ਸਿਮਰਨ ਕਰਨ ਵਾਲੇ ਸਾਧੂ ਸੰਤ ਉਹਨਾਂ ਪਿੱਛੇ ਘਨੇਰੀ ਬਹੁਤ ਹੀ ਦੁਨੀਆ ਖਾਂਦੀ ਪੀਂਦੀ ਹੈ। ਆਪਣਾ ਤਾਂ ਭਗਤੀ ਕਰਨ ਵਾਲਿਆਂ ਨੂੰ ਕੋਈ ਫਿਕਰ ਨਹੀਂ ਹੈ, ਉਹਨਾਂ ਪਿੱਛੇ ਹੋਰ ਵਿਹਲੜ ਕੇ ਖਾਈ ਜਾਂਦੇ ਨੇ, ਡੱਕਾ ਵੀ ਨਹੀਂ ਤੋਰਦੇ। ਹੋਰ ਆਹ ਵਿਚਾਰ ਗੁਰੂ ਕਲਗੀਧਰ ਜੀ ਕਹਿੰਦੇ ਹਨ, ਤਿਲੰਗ ਕਾਫੀ ਪਾਤਸ਼ਾਹੀ ਦਸਵੀ ਕੇਵਲ ਕਾਲ ਹੀ ਕਰਤਾਰ। ਹੇ ਭਾਈ, ਹੇ ਗੁਰਸਿੱਖ, ਹੇ ਜੀਵ, ਹੇ ਮਨੁੱਖ, ਉਹ ਜਿਹੜਾ ਕਰਤਾਰ ਹੈ ਤੇ ਕਾਲ ਕਰਨ ਵਾਲਾ ਹੈ। ਅੰਤ ਕਰਤ ਸਭ ਜਗ ਕੋ ਕਾਲਾ ਤਾਂ ਤੇ ਕਾਲ ਨਾਮ ਜਗ ਡਾਲਾ, ਸਮੇਂ ਸੰਤ ਪਰ ਹੋਰ ਸਿਖਾਈ ਤਾਂ ਤੇ ਸੰਖਿਆ ਸੰਤ ਬਤਾਈ। ਮਹਾਰਾਜ ਕਹਿੰਦੇ ਵੀ ਅਖੀਰ ਨੂੰ ਸਾਰਿਆਂ ਦਾ ਉਹ ਕਾਲ ਕਰਦਾ, ਸਾਰਿਆਂ ਨੂੰ ਮਾਰਦਾ ਹੈ। ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ, ਜਿਹੜੇ ਆ ਸਾਰੇ ਦੁਨੀਆ ਦਾ ਕਾਲ ਕਰਦੇ, ਸਾਰਿਆਂ ਨੂੰ ਮਾਰਦੇ ਆ, ਉਹਨਾਂ ਨੂੰ ਵੀ ਮਾਰਦਾ ਉਹ। ਇਸ ਕਰਕੇ ਉਹਦਾ ਨਾਂ ਕਾਲ ਪੁਰਖ ਹੈ, ਵੀ ਸਾਰਿਆਂ ਦਾ ਕਾਲ ਕਰਨ ਵਾਲਾ, ਸਾਰਿਆਂ ਨੂੰ ਮਾਰਨ ਵਾਲਾ। ਇਹ ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਉਹਦਾ ਨਾਂ ਜਿੱਥੇ ਅਕਾਲ ਪੁਰਖ ਕਹਿੰਦੇ ਉੱਥੇ ਕਾਲ ਪੁਰਖ ਵੀ ਕਹਿੰਦੇ ਹਾਂ, ਵੀ ਸਾਰਿਆਂ ਦਾ ਕਾਲ ਕਰਨ ਵਾਲਾ ਪੁਰਖ ਹੈ, ਸਾਰਿਆਂ ਨੂੰ ਕੀਰਤੇ ਮਾਰਨ ਵਾਲਾ ਹੈ। ਤੇ ਸਮੇਂ ਸੰਤ ਪਰ ਹੋਰ ਸਹਾਈ ਤਾਂ ਤੇ ਸੰਖਿਆ ਸੰਤ ਬਤਾਈ, ਵੀ ਸ਼ਾਂਤ ਉਸ ਆਉਂਦੇ ਸਾਂਦੇ ਉਹ ਸਹਾਇਤਾ ਕਰਦਾ ਹੈ। ਇਸ ਕਰਕੇ ਅਸੀਂ ਉਹ ਕਾਲ ਪੁਰਖ ਦਾ ਨਾਮ ਇੱਕ ਸੰਤ ਵੀ ਕਿਹਾ ਹੈ, ਉਹਦਾ ਨਾਮ ਸੰਖਿਆ ਕਹਿ ਦਿੰਦਾ ਸੰਤ ਕਹਿ ਦਿੱਤਾ ਹੈ। ਵੀ ਜਿੱਥੇ ਬਾਕੀ ਸੰਤ ਹੈ ਉੱਥੇ ਅਕਾਲ ਪੁਰਖ ਵੀ ਸੰਤ ਹੈ, ਵੀ ਕਿਉਂ ਅੰਤ ਦੇ ਸਮੇਂ ਉਹ ਸਹਾਇਤਾ ਕਰਦਾ। ਜਿਹੜੇ ਕੋਈ ਸਿਮਰਨ ਕਰਨ ਵਾਲੇ ਸੰਤ ਹੈ, ਜਿਹੜੇ ਕੋਈ ਅੰਤ ਸਮੇਂ ਸਹਾਇਤਾ ਕਰਦੇ, ਉਹਨਾਂ ਨੂੰ ਸੰਤ ਕਿਹਾ ਜਾਂਦਾ। ਜਿਹੜੇ ਕਿਸੇ ਦਾ ਅੰਤ ਦੇ ਸਮੇਂ ਮਦਦ ਕਰਨ, ਸਹਾਇਤਾ ਕਰਨ, ਸਾਂਤੇ ਸੰਧੀ ਕੱਢ ਕੇ ਰਵੀ ਆਓ, ਅੰਤ ਦੇ ਸਮੇਂ ਜਿਹੜਾ ਕਿਸੇ ਦੀ ਸਹਾਇਤਾ ਕਰ ਸਕੇ, ਮਦਦ ਕਰੇ ਕਿ ਉਸਕੋ ਕਹੀਏ ਹੈ ਸੰਤ। ਸਭ ਤੋਂ ਵੱਡਾ ਸੰਤ ਅਕਾਲ ਪੁਰਖ ਵਾਹਿਗੁਰੂ ਹੈ। ਉਹ ਜਦੋਂ ਉਹਨੂੰ ਕੋਈ ਚੇਤੇ ਕਰੇ, ਉਦੋਂ ਹੀ ਉਹ ਸਹਾਇਤਾ ਕਰਦਾ, ਉਹਦੀ ਰੱਖਿਆ ਕਰਦਾ,
ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣਕੇ ਜਮਕੇ ਦੂਤ ਨਾਏ ਤੇਰਾ ਛੱਡ ਜਾਹੇ। ਉਹ ਸੱਸ ਹੈ ਇੱਕ ਪਰਮੇਸ਼ਰ ਹੈ, ਉਹ ਇਸ ਕਰਕੇ ਕਹਿੰਦੇ ਹੇ ਵੀ ਮਨੁੱਖ, ਉਹ ਜਿਹੜਾ ਕਰਤਾਰ ਕਾਲ ਪੁਰਖ ਹੈ, ਉਹੀ ਕੇਵਲ ਇੱਕੋ ਇੱਕ ਕੇਵਲ ਸਿਰਫ ਸਾਰਿਆਂ ਨੂੰ ਸਦਾ ਸਫੁਰਤੀ ਦੇਣ ਵਾਲਾ ਹੈ, ਸਾਰਿਆਂ ਦਾ ਪ੍ਰੇਰਕ ਹੈ, ਸਾਰਿਆਂ ਨੂੰ ਸਦਾ ਸਫੁਰਤੀ ਦੇ ਕੇ ਕਿਰਿਆ ਕਰਵਾਉਣ ਵਾਲਾ ਹੈ। ਆਦਿ ਅੰਤ ਅਨੰਤ ਮੂਰਤ, ਆਦ ਤੋਂ ਲੈ ਕੇ ਜਿਹੜੀ ਮੁੱਢ ਤੋਂ ਲੈ ਕੇ ਅੰਤ ਤੱਕ ਅਖੀਰ ਤੱਕ, ਉਹੀ ਪਰਮੇਸ਼ਰ ਅਨੰਤ ਮੂਰਤ, ਅਨੰਤ ਮੂਰਤਾਂ ਸ਼ਕਲਾਂ ਧਾਰਨ ਵਾਲਾ ਹੈ, ਅਨੇਕਾਂ ਰੂਪਾਂ ਵਾਲਾ ਬਣਿਆ ਹੋਇਆ, ਉਹੀ ਮੁੱਢ ਤੋਂ ਲੈ ਕੇ ਅਖੀਰ ਤੱਕ ਬੇਅੰਤ ਬੇਅੰਤ ਰੂਪਾਂ ਵਾਲਾ, ਬੇਅੰਤ ਬਲ ਸ਼ਕਲਾਂ ਸਰੂਪਾਂ ਵਾਲਾ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਗੜਨ ਭੰਜਨ ਹਾਰ। ਫਿਰ ਉਹੀ ਜਿਹੜਾ ਕਾਲ ਪੁਰਖ ਕਰਤਾਰ ਹੈ, ਇਹ ਸਾਰੇ ਜੀਵਾਂ ਦੇ ਸਰੀਰਾਂ ਨੂੰ ਘੜਨ ਵਾਲਾ ਹੈ, ਯਾਨੀ ਪੈਦਾ ਕਰਨ ਵਾਲਾ, ਬਣਾਉਣ ਵਾਲਾ ਹੈ, ਉਹੀ ਸਾਰੇ ਸਰੀਰਾਂ ਨੂੰ ਭੰਨਣ ਵਾਲਾ, ਤੋੜਨ ਵਾਲਾ, ਯਾਨੀ ਮਾਰਨ ਵਾਲਾ, ਨਾਸ ਕਰਨ ਵਾਲਾ ਹੈ। ਰਹਾਉ ਨਿੰਦ ਉਸਤਤ ਜੌਨ ਕੇ ਸਮ। ਹਾਂ, ਜਿਸ ਪਰਮੇਸ਼ਰ ਦੇ ਤਾਈ ਉਹਦੀ ਕੋਈ ਨਿੰਦਿਆ ਕਰੇ ਤੇ ਉਹਦੀ ਉਸਤਤੀ ਕਰੀ ਜਾਏ, ਉਹਨੂੰ ਇੱਕ ਸਮਾਨ ਹੈ। ਉਸਤਤੀ ਕਰਨ ਤੋਂ ਉਹ ਪਰਮੇਸ਼ਰ ਕੋਈ ਭੁੱਲ ਨਹੀਂ ਜਾਂਦਾ ਹੈ, ਅਤੇ ਨਿੰਦਿਆ ਕਰਨ ਨਾਲ ਉਹ ਕੋਈ ਮੁਰਝਾ ਨਹੀਂ ਜਾਂਦਾ ਹੈ। ਸਾਡੀ ਕੋਈ ਉਸਤਤੀ ਕਰੇ ਅਸੀਂ ਭੁੱਲ ਜਾਂਦੇ ਹਾਂ, ਨਿੰਦਿਆ ਕਰੇ ਅਸੀਂ ਮੁਰਝਾ ਜਾਂਦੇ ਹਾਂ, ਔਖੇ ਜਿਹੇ ਹੋ ਜਾਂਦੇ, ਨੱਕ ਜਾ ਚੜਾਉਂਦੇ ਹਾਂ ਵੀ ਸਾਨੂੰ ਮਾੜਾ ਮਾੜਾ ਕਿਉਂ ਕਹਿੰਦਾ, ਕਿਉਂ ਨਿੰਦਾ ਭੰਨਦਾ ਹੈ। ਹਾਂ, ਪਰਮੇਸ਼ਰ ਹੈ ਕਹਿੰਦੇ ਐਸਾ ਉਹ ਜਿਹੜਾ ਕਰਤਾਰ ਕਾਲ ਪੁਰਖ ਹੈ, ਜਿਸ ਨੂੰ ਨਿੰਦਿਆ ਅਤੇ ਉਸਤੀ ਸਾਮੈ ਸਮਾਨ ਇੱਕ ਵਰਗੀ ਇੱਕ ਜਿਹੀ ਹੀ ਹੈ। ਸਤਰ ਮਿੱਤਰ ਨਾ ਕੋ, ਜਿਹਦਾ ਕੋਈ ਨਾ ਕੋਈ ਸਤਰੂ ਬੈਰੀ ਹੈ, ਨਾ ਕੋਈ ਮਿੱਤਰ ਹੈ, ਉਹ ਸਾਰਿਆਂ ਦੇ ਨਾਲ ਇੱਕ ਸਮਾਨ ਹੀ ਹੈ। ਕੋਈ ਉਹਦੇ ਨਾਲ ਸਤਰੂਪਣਾ ਕੋਈ ਬੈਰ ਕਰੀ ਜਾਏ, ਉਹਦੇ 'ਤੇ ਕੋਈ ਅਸਰ ਨਹੀਂ ਹੈ। ਇਹਦਾ ਬੈਰੀ ਬਣ ਕੇ ਰੱਬ ਨੂੰ ਕੋਈ ਡੰਗ ਚਲਾ ਦੂ, ਗੜਾਸਾ ਮਾਰ ਦੂ, ਉਹਦੇ ਕੋਈ ਬਰੂਕ ਦਾ ਫੈਰ ਮਾਰ ਦੂ, ਉਹਦੇ ਕੀ ਹੋਜੂ, ਕੋਈ ਨਹੀਂ ਉਹਦਾ, ਨਾ ਉਹਦਾ ਕੋਈ ਮਿੱਤਰ ਹੈ, ਨਾ ਕੋਈ ਉਹਦਾ ਬੈਰੀ ਹੀ ਦੁਸ਼ਮਣ ਹੈ। ਕੌਣ ਬਾਟ ਪਰੀ ਤਿਸੈ, ਐਸਾ ਜਿਹੜਾ ਅਕਾਲ ਪੁਰਖ ਕਰਤਾਰ ਹੈ, ਕੌਣ ਬਾਟ ਪਰੀ ਤਿਸੈ, ਕਿਹੜੀ ਇਹਨੂੰ ਬਾੜ ਕੇ ਬਿਪਤਾ ਮੁਸੀਬਤ ਪਈ ਹੋਈ ਸੀ, ਕਿਹੜੀ ਮੁਸੀਬਤ ਵਿੱਚ ਉਹ ਫਸ ਗਿਆ ਸੀ। ਪਥ ਸਾਰਥੀ ਰਥ ਹੋ, ਇਸ ਕਰਕੇ ਕਹਿੰਦੇ ਉਹ ਬਿਪਤਾ ਵਿੱਚੋਂ ਨਿਕਲਣ ਵਾਸਤੇ ਪਥ ਕੀ ਅਰਜਨ ਦੇ ਰਸ ਦਾ ਕਹਿੰਦੇ ਸਵਾਰਥੀ ਹੋਇਆ, ਰਥੀ ਰਸਵਾਹੀ ਬਣਿਆ,
ਉਹ ਕ੍ਰਿਸ਼ਨ ਬਣਿਆ ਸੀ ਨਾ ਅਰਜਨ ਦੇ ਰਸਦਾਰ ਸਵਾਹੀ, ਇਹ ਕਹਿੰਦੇ ਵੀ ਉਹਨੂੰ ਕਿਹੜੀ ਵਿਵਸਥਾ ਪਈ ਸੀ ਰੱਬ ਨੂੰ ਵੀ ਉਹ ਆ ਕੇ ਕ੍ਰਿਸ਼ਨ ਅਰਜਨ ਦਾ ਰਸਦਾਰ ਸਵਾਹੀ ਬਣਿਆ। ਰੱਬ ਕੋਈ ਨਹੀਂ ਕਿਸੇ ਦੇ ਰਸਦਾਰ ਸਵਾਹੀ ਬਣਦਾ, ਇਹ ਤਾਂ ਉਹਦੇ ਪੈਦਾ ਕੀਤੇ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕ ਹੈ, ਉਹ ਜ਼ਰੂਰ ਕਿਸੇ ਰਸ ਦੇ ਰਸਵਾਹੀ ਬਣ ਜਾਂਦੇ ਹੈ। ਉਦਾਂ ਇਹ ਸਾਰਿਆਂ ਨੂੰ ਸਰਸਤੀ ਰੂਪੀ ਰਸਾਂ ਨੂੰ ਸਦਾ ਸਫੁਰਤੀ ਦੇ ਕੇ ਚਲਾਉਣ ਵਾਲਾ ਹੈਗਾ ਹੈ, ਇਹੋ ਜਿਹਾ ਨਹੀਂ ਉਹ ਰਸਵਾਹੀ ਬਣਿਆ। ਜੀਵ ਸਾਰੇ ਉਹਦੇ ਆਸਰੇ ਚੱਲਦੇ ਹੈ, ਸਭ ਸਹਾਰੇ ਚੱਲਦੇ ਹੈ। ਇਸ ਕਰਕੇ ਜਿਹੜਾ ਕਹਿੰਦੇ ਵੀ ਉਹ ਜਿਹੜਾ ਭਗਵਾਨ ਹੈ ਉਹ ਵੀ ਅਰਜਨ ਦਾ ਰਸ ਦਾ ਰਸਵਾਹੀ ਬਣਿਆ, ਉਹ ਪਰਮੇਸ਼ਰ ਨੀ ਵੀ ਬਣਿਆ ਹੈ, ਉਹਨੂੰ ਕਿਹੜੇ ਭਲਾ ਕੋਈ ਵਿਵਸਥਾ ਪਈ ਸੀ। ਤਾਤ ਮਾਤ ਨਾ ਜਾਤ ਜਾ ਕਰ, ਜਿਸ ਦਾ ਨਾ ਕੋਈ ਤਾਤ ਕੀ ਪਿਤਾ ਹੈ, ਨਾ ਕੋਈ ਮਾਂ ਹੈ, ਨਾ ਕੋਈ ਖਾਸ ਜਾਤ ਬਰਾਦਰੀ ਹੈ, ਪੁੱਤਰ ਪੌਤਰ ਮੁਕੰਦ, ਉਹ ਮੁਕਤੀ ਦਾਤੇ ਦਾ ਨਾ ਕੋਈ ਪੁੱਤਰ ਹੈ ਨੂੰ ਕੋਈ ਪੋਤਰਾ ਹੈ, ਕੌਣ ਕਾਜ ਕਹਾ ਹੈਗੇ, ਵੀ ਜਿਹਦਾ ਕੋਈ ਮੁਕਤੀ ਦਾਤੇ ਦਾ ਪੁੱਤਰ ਨੀ ਮਾਂ ਪਿਓ ਨਹੀਂ ਹੈ, ਕੌਣ ਕਾਜ ਕਹਾ ਹੈਗੇ। ਤੇ ਆਨਕ ਦੇਵਕ ਨੰਦ ਵੀ ਕਿਸ ਕਾ ਵਾਸਤੇ ਕਹਿੰਦੇ ਉਹ ਕਹਾਇਆ ਕਿ ਦੇਵਕੀ ਦਾ ਪੁੱਤਰ, ਉਹਨੂੰ ਘੁਕਾਉਣ ਦੀ ਲੋੜ ਸੀ ਦੇਵਕੀ ਦਾ ਪੁੱਤਰ, ਵੀ ਉਹ ਕ੍ਰਿਸ਼ਨ ਸੀ ਨਾ ਦੇਵਕੀ ਦਾ ਪੁੱਤਰ। ਇਸ ਕਰਕੇ ਤਾਂ ਮੈਂ ਕਪੋਲ ਕਲਪਨਾ ਵੀ ਉਹ ਦੇਵਕੀ ਦਾ ਪੁੱਤਰ ਸੀ। ਜੇ ਉਹ ਕੋਈ ਪੰਡਿਤ ਆਇਆ ਸੀ ਕਬੀਰ ਜੀ ਦੇ ਕੋਲ, ਕਹਿੰਦੇ ਜੀ ਤੁਸੀਂ ਰਾਮ ਰਾਮ ਕਰੀ ਜਾਂਦੇ ਹੋ, ਹੋਰ ਵੀ ਕੋਈ ਨਾਮ ਲੈ ਲਿਆ ਕਰੋ ਭਗਵਾਨ ਦਾ, ਹੋਰ ਵੀ ਬੇਅੰਤ ਨਾਂ ਹੈ। ਕਹਿਣ ਲੱਗੇ ਵੀ ਰਾਮ ਦੇ ਨਾਂ ਤੋਂ ਹੋਰ ਕਿਹੜਾ ਮਹਾਨ ਹੈ, ਕਹਿੰਦੇ ਹੋਰ ਵੀ ਹੈਗੇ। ਕਹਿੰਦੇ ਫਿਰ ਦੱਸ, ਕਹਿੰਦੇ ਤੁਸੀਂ ਜੀ ਨੰਦ ਕੋ ਨੰਦਨ, ਨੰਦ ਕੋ ਨੰਦਨ ਹੋ ਜਾਪ ਕਰ ਲਿਆ ਕਰੋ, ਇਹ ਵੀ ਉਹਦਾ ਨਾਂ ਹੀ ਹੈ। ਕਹਿੰਦੇ ਵੀ ਇਹ ਉਹਦਾ ਨਾਂ ਨਹੀਂ ਹੈ, ਇਹ ਤਾਂ ਨਾਂ ਹੀ ਸਾਰਾ ਗਲਤ ਹੈ। ਕਹਿੰਦੇ ਫਿਰ ਨੰਦ ਦਾ ਪੁੱਤਰ ਨਹੀਂ ਸੀ, ਕਹਿੰਦੇ ਬਿਲਕੁਲ ਨਹੀਂ ਨੰਦ ਦਾ ਪੁੱਤਰ ਸੀ ਉਹ ਭਗਵਾਨ। ਕਹਿੰਦੇ ਕਿਵੇਂ ਨਹੀਂ ਸੀ ਜੀ, ਸਾਰੇ ਕਹਿੰਦੇ ਨੰਦ ਦਾ ਪੁੱਤਰ ਸੀ। ਕਹਿੰਦੇ ਪਹਿਲੀ ਗੱਲ ਤਾਂ ਉਂਝੀ ਹੈ ਵੀ ਉਹਦੇ ਘਰ ਜੰਮਿਆ ਨਹੀਂ, 12 ਸਾਲ ਰਿਹਾ ਜ਼ਰੂਰ ਹੈ ਉਹ ਕ੍ਰਿਸ਼ਨ। ਦੂਜੀ ਗੱਲ ਹੈ ਵੀ ਜਿਹੜਾ ਨੰਦ ਹੈ ਉਹਨੂੰ ਪੈਦਾ ਕਿਹਨੇ ਕੀਤਾ ਸੀ, ਕਹਿੰਦੇ ਭਗਵਾਨ ਨੇ। ਕਹਿੰਦੇ ਜਿਹੜਾ ਨੰਦ ਦਾ ਪਿਓ ਸੀ ਅੱਗੇ ਉਹਨੂੰ ਕਿਹਦਾ ਪੈਦਾ ਕੀਤਾ ਸੀ, ਕਹਿੰਦੇ ਉਹਨੂੰ ਵੀ ਭਗਵਾਨ ਨੇ। ਕਹਿੰਦੇ ਅਖੀਰ 'ਤੇ ਜਿੱਥੋਂ ਇਹ ਨੰਦ ਦੀ ਅੰਸ ਵੰਸ ਕੋਲ ਚੱਲੀ ਉਹਨੂੰ ਕਿਹਦੇ ਪੀਤਾ, ਕਹਿੰਦੇ ਭਗਵਾਨ। ਫਿਰ ਕਹਿੰਦੇ ਨੰਦ ਦਾ ਪਿਓ ਹੋਇਆ ਨਾ ਉਹ ਜਿਹਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਅਤੇ ਤੁਸੀਂ ਕਹਿੰਦੇ ਪੁੱਤ ਹੈ, ਉਹ ਸਾਰਿਆਂ ਦਾ ਪਿਓ ਹੋਇਆ, ਇਹ ਨਾਮ ਕਿਵੇਂ ਉਹਦਾ ਸਹੀ ਹੋ ਗਿਆ, ਇਹ ਤਾਂ ਬਿਲਕੁਲ ਗਲਤ ਹੈ। ਇੱਥੇ ਇਸ ਭਾਵ ਨਾਲ ਗੁਰੂ ਕਲਗੀਧਰ ਜੀ ਕਹਿੰਦੇ ਹਨ,
ਕੌਣ ਕਾਰਿ ਕਹਾਏਗੇ ਤੇ ਆਨ ਦੇਵ ਕਨਨ, ਕਿਸ ਵਾਸਤੇ ਕਹਿੰਦੇ ਆ ਕੇ ਫਿਰ ਦੇਵਕੀ ਦਾ ਪੁੱਤਰ ਕਹਾਇਆ ਕਹਿਆ ਗਿਆ। ਇਸ ਐਵੇਂ ਕਹਿਣ ਵਾਲੇ ਜਵਾਨ ਤੋਂ ਕਹਿੰਦੇ ਵੀ ਉਹ ਦੇਵਕੀ ਦਾ ਪੁੱਤਰ ਸੀ, ਦੇਵਕੀ ਕਿਤੇ ਕਿਹਨੇ ਪੈਦਾ ਕੀਤੀ ਸੀ, ਉਹਦੇ ਮਾਂ ਪਿਓ ਕਿਹੜੇ ਸੀ, ਉਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਸੀ, ਉਹ ਪਰਮੇਸ਼ਰ ਸੀ। ਇਸ ਕਰਕੇ ਕੋਈ ਉਹ ਦੇਵਕੀ ਦਾ ਪੁੱਤਰ ਹੈ ਨਹੀਂ, ਇਹ ਐਵੇਂ ਕਹਿਣਾ ਕਹਾਣਾ ਹੀ ਹੈ। ਦੇਵ ਦੈਤ ਦਿਸ਼ਾ ਵਿਸਾ, ਹਾਂ ਗੁਰੂ ਕਲਗੀਧਰ ਜੀ ਕਹਿੰਦੇ ਵੇਖੋ ਦੇ 33 ਕਰੋੜ ਦੇਵ ਤੇ ਹੋਰ ਦੈਤ ਜਿਹੜੀਆਂ ਚਾਰਿਆਂ ਦਿਸ਼ਾ ਚਾਰੇ ਤਰਫਾਂ ਹਨ, ਚੜ੍ਹਦੀ ਤਰਫ ਹੋ, ਸ਼ਿਵ ਦੀ ਤਰਫ ਹੋ, ਉੱਤਰ ਪਹਾੜ ਦੀ ਤਰਫ ਹੋ, ਦੱਖਣ ਦੀ ਤਰਫ ਹੋ, ਜਿਹੜੀਆਂ ਬਾਕੀ ਵਿਸ਼ਾ ਉਪਦਿਸ਼ਾ ਹਨ, ਜਿਹੜੀਆਂ ਇਹਨਾਂ ਚਾਰੇ ਤਰਫਾਂ ਦੀਆਂ ਚਾਰੇ ਦਿਸ਼ਾਂ ਦੀਆਂ ਨੁਕਰਾਂ ਹਨ, ਉਹਨਾਂ ਨੂੰ ਵਿਸ਼ਾ ਵੀ ਕਹਿੰਦੇ ਉਪਦਿਸ਼ਾ ਵੀ ਕਹਿ ਦਿੰਦੇ ਹੈ। ਕਹਿੰਦੇ ਇਸ ਤਰ੍ਹਾਂ ਚਾਰ ਦਿਸ਼ਾਂ ਚਾਰ ਵਿਸ਼ਾ ਚਾਰ ਨੁਕਰਾਂ ਆਦਿਕ ਜਿਹ ਕੀਨ ਸਰਬ ਪਸਾਰ, ਜਿਸਨੇ ਹੋਏ ਇਨ ਹੋਰ ਸਾਰਾ ਜਿਹੜਾ ਪਸਾਰਾ ਉਹ ਵੀ ਪੈਦਾ ਕੀਤਾ ਹੈ, ਸਾਰਾ ਪਸਾਰਾ ਉਸਨੇ ਪਸਾਰਿਆ ਹੈ। ਕੌਣ ਉਪਮਾ ਪੌਣ ਕੋ ਮੁਖ, ਜੀ ਕੌਣ ਉਪਮਾ ਤੌਣ ਕੋ, ਕਹਿੰਦੇ ਇਹ ਭਲਾ ਉਹਦੀ ਕਿਹੜੀ ਉਪਮਾ ਕਿਹੜੀ ਵਡਿਆਈ ਹੈ। ਮੁਖ ਲੇਤ ਨਾਮ ਮੁਰਾਰ, ਜਿਹੜਾ ਮੂੰਹ ਉਹਦਾ ਵੀ ਨਾਮ ਮੁਰਾਰੀ ਹੈ, ਵੀ ਜਿਹਨੇ ਦੇਵਤੇ ਦੈਂਤ ਉਹ ਦਿਸ਼ਾ ਉਪਦਿਸ਼ਾ ਸਾਰੀਆਂ ਪੈਦਾ ਕੀਤੀਆਂ, ਇਹ ਵੀ ਉਹ ਤੁਸੀਂ ਕਹੋ ਵੀ ਮੁਰਾਰੀ ਹੈ, ਮੁਰਦੈਂਤ ਨੂੰ ਮਾਰਨ ਵਾਲਾ ਹੈ। ਇੱਕ ਉਹ ਸਤੀ ਹੋਰੀ ਜਿਹਨੇ ਸਾਰਾ ਹੀ ਪਸਾਰਾ ਪਸਾਰਿਆ ਹੈ ਅਤੇ ਸਾਰੇ ਪਸਾਰੇ ਨੂੰ ਨਾਸ਼ ਕਰਨ ਵਾਲਾ ਹੈ, ਤੁਸੀਂ ਉਹਨੂੰ ਕਹੋ ਵੀ ਉਹ ਮੁਰਾਰ ਹੈ ਜੀ, ਉਹ ਮੁਰਾਦਿਕ ਦੈਂਤ ਨੂੰ ਮਾਰਨ ਵਾਲਾ ਹੈ, ਇਹ ਉਸਤਤ ਨਹੀਂ ਉਹਦੀ ਨਿੰਦਿਆ ਹੈ। ਰਾਗ ਬਿਲਾਵਲ ਪਾਤਸ਼ਾਹੀ ਦਸਵੀ, ਸੋ ਕਿਮ ਮਾਨਸ ਰੂਪ ਕਹਾਏ। ਹਾਂ ਗੁਰੂ ਕਲਗੀਧਰ ਜੀ ਕਹਿੰਦੇ ਹੈ ਇਨਸਾਨ ਉਹ ਜਿਹੜਾ ਪਰਮੇਸ਼ਰ ਹੈ ਉਹ ਭਲਾ ਕਿਵੇਂ ਮਾਨਸ ਰੂਪ ਦੇ ਵਿੱਚ ਮਨੁੱਖ ਰੂਪ ਵਾਲਾ ਕਹਾਇਆ ਕਹਿਆ ਜਾਂਦਾ ਹੈ, ਉਹ ਕਿਵੇਂ ਕਹਿਆ ਕਹਾਇਆ ਜਾਂਦਾ ਮਨੁੱਖ ਰੂਪ ਵਿੱਚ, ਉਹ ਦਰਸ਼ਨ ਜ਼ਰੂਰ ਦੇ ਦਿੰਦਾ, ਉਹ ਮਨੁੱਖ ਨਹੀਂ ਹੁੰਦਾ ਹੈ। ਜਿਵੇਂ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਕੀਰਤ ਦਾ ਸਮਾਂ ਸੀ, ਸਿੰਘ ਵੀ ਕਹਿੰਦੇ ਵੀ ਹੁਣ ਕੀਰਤੇ ਮੱਥਾ ਟੇਕ ਲਓ, ਮਹਾਰਾਜ ਨੂੰ ਮੁੜ ਕੇ ਤਾਂ ਚਰਨਾਂ 'ਤੇ ਹੱਥ ਨਹੀਂ ਲਾ ਸਕਣੇ, ਅਤੇ ਮਹਾਰਾਜ ਦਾ ਜਿਹੜੇ ਚਰਨ ਹੱਥ ਵਿੱਚ ਹੀ ਨਾ ਆਉਣ। ਕਹਿੰਦੇ ਮਹਾਰਾਜ ਅੱਗੇ ਚਰਨ ਤੁਹਾਡੇ ਸੀ, ਉਹ ਉੱਠੀ ਚਾਪੀ ਕਰ ਲੈਂਦੇ ਸੀ, ਚਰਨਾਂ ਨੂੰ ਛੋਹ ਲੈਂਦੇ ਸੀ, ਅੱਜ ਕੀ ਕਾਰਨ ਹੈ। ਮਹਾਰਾਜ ਕਹਿੰਦੇ ਜਿਵੇਂ ਮਨੁੱਖੀ ਜਾਮਾ ਹੁੰਦਾ ਨਾ, ਉਹ ਜਾਣੀ ਇਹ ਪੰਜਾਂ ਤੱਤਾਂ ਦਾ ਸਰੀਰ ਨਹੀਂ, ਇਹ ਤਾਂ ਤੁਹਾਡੀ ਭਾਵਨਾ ਕਰਕੇ ਦਰਸ਼ਨ ਹੋ ਰਿਹਾ ਹੈ। ਇਸ ਕਰਕੇ
ਮਨੁੱਖ ਰੂਪ ਦੇ ਵਿੱਚ ਦਿਸ ਰਿਹਾ ਹੋ ਜੋ ਮਨੁੱਖ ਨਹੀਂ ਇਹ, ਉਹ ਜਿਹੜੇ ਕੁਝ ਵਾਹਿਗੁਰੂ ਦੇ ਸਰੂਪ ਹੈ, ਜੋ ਗੁਰੂ ਅਵਤਾਰ ਹੈ, ਉਹ ਦੇਖਣ ਵਾਸਤੇ ਇੱਕ ਮਨੁੱਖ ਹੁੰਦੇ ਆ ਮਨੁੱਖੀ ਜਾਮੇ ਵਿੱਚ, ਜੋ ਮਨੁੱਖ ਨਹੀਂ ਹੁੰਦੇ ਹਨ ਉਹ। ਇਸ ਕਰਕੇ ਕਹਿੰਦੇ ਉਹ ਭਲਾ ਜਿਹੜਾ ਵਾਹਿਗੁਰੂ ਹੈ ਉਹਨੂੰ ਮਨੁੱਖ ਰੂਪ ਵਾਲਾ ਮਨੁੱਖ ਰੂਪ ਕਿਹਾ ਕਿਵੇਂ ਕਹਾਇਆ ਜਾ ਸਕਦਾ, ਕਿਹਾ ਜਾ ਸਕਦਾ ਹੈ। ਸਿੱਧ ਸਮਾਧ ਸਾਧ ਕਰ ਹਾਰੇ, ਜਿਹੜੇ 84 ਸਿੱਧ ਹਨ ਉਹ ਸਮਾਧੀਆਂ ਲਾ ਲਾ ਕੇ ਯੋਗ ਸਾਧਨਾ ਕਰਕੇ ਹਾਰ ਹਮ ਗਏ ਤੇ ਹਾਰ ਜਾਂਦੇ ਹਨ। ਕਿਉਂ ਹੁਣ ਦੇਖਣ ਪਾਏ, ਕਿਸੇ ਨੇ ਵੀ ਉਹ ਸਮਾਧੀਆਂ ਲਾ ਕੇ ਸਾਧਨਾ ਕਰਕੇ ਉਹ ਪਰਮੇਸ਼ਰ ਨੂੰ ਦੇਖਣਾ ਨਹੀਂ ਪਾਇਆ, ਉਹਦੇ ਦਰਸ਼ਨ ਨਹੀਂ ਕਰ ਸਕੇ ਹਨ। ਰਹਾਉ ਨਾਰਦ ਬਿਆਸ ਪਰਾਸਰ ਧਰੂ ਸੇ, ਵਿਸਰਾਮ ਦੇ ਕੇ ਫਰਮਾਉਂਦੇ ਹਨ ਜਿਹੜੇ ਨਾਰਦ ਵਰਗੇ 11 ਤਰ੍ਹਾਂ ਦੀ ਭਗਤੀ ਕਰਨ ਵਾਲੇ, ਪੰਚ ਰਾਤਰੀ 11 ਤਰ੍ਹਾਂ ਦੀ ਭਗਤੀ ਕਰਨ ਵਾਲਾ, ਪੁਸਤਕ ਲਿਖਣ ਵਾਲੇ, 18 ਪੁਰਾਣਾਂ ਦੇ ਕਰਤੇ ਵੇਦ ਵਿਆਸ ਜੀ, ਇਸੇ ਤਰ੍ਹਾਂ ਪਰਾਸਰ ਲਿਖੀ ਜੀ, ਤੇ ਧਰੂ ਵਰਗੇ ਭਗਤ ਇੱਕ ਪੈਰ ਦੇ ਭਾਰ 9 ਮਹੀਨੇ ਤੱਕ ਖੜ ਕੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਧਿਆਵਤ ਧਿਆਨ ਲਗਾਏ, ਧਿਆਨ ਲਗਾਉਂਦੇ ਆ ਉਹਨਾਂ ਨੇ, ਉਹ ਧਿਆਨ ਲਗਾਇਆ ਹੈ ਪਰ ਧਿਆਨ ਦੇ ਵਿੱਚ ਉਹ ਆਇਆ ਨਹੀਂ। ਵੇਦ ਪੁਰਾਣ ਹਾਰ ਹੱਠ ਛਾਡਿਓ, ਜਿਹੜੇ ਵੇਦਾਂ ਪੁਰਾਣਾਂ ਦੇ ਪੜ੍ਹਨ ਪੜ੍ਹਾਉਣ ਵਾਲੇ ਹੈ, ਪ੍ਰਚਾਰ ਕਰਨ ਵਾਲੇ ਹੈ, ਅਖੀਰ ਤੇ ਭਾਵੇਂ ਉਹਨਾਂ ਨੇ ਹੱਠ ਵਗੈਰਾ ਛੱਡ ਦਿੱਤਾ, ਤਦਪ ਧਿਆਨ ਨ ਆਏ, ਤਾਂ ਵੀ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ, ਉਹਨਾਂ ਦੇ ਦੇਖਣ ਵਿੱਚ ਨਹੀਂ ਉਹ ਪਰਮੇਸ਼ਰ ਆ ਸਕਿਆ ਹੈ ਵੀ ਉਹ ਕੈਸਾ ਸਰੂਪ ਹੈ। ਦਾਨਵ ਦੇਵ ਪਿਸਾਚ ਪ੍ਰੇਤ ਤੇ, ਆ ਜਿਹੜੇ ਦਾਨੋ ਹਨ ਦੇਵਤੇ ਹੈ, ਪਿਸਾਚ ਹੈ, ਹੋਰ ਪ੍ਰੇਤ ਵਗੈਰਾ ਹੈ, ਨੇਤਹਿ ਨੇਤ ਕਹਾਏ, ਉਹ ਸਾਰੇ ਕਹਿੰਦੇ ਉਸ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਕਹਿੰਦੇ ਹਨ। ਸੂਖਮ ਤੇ ਸੂਖਮ ਕਰ ਚੀਨੇ, ਆਓ ਤਾਂ ਬਰੀਕ ਤੋਂ ਬਰੀਕ ਕਰਕੇ ਚੀਨੇ ਕੀ ਇਹ ਪਛਾਣਿਆ ਜਾਂਦਾ ਜਾਣਿਆ ਜਾਂਦਾ। ਬ੍ਰਿਧਨ ਬ੍ਰਿਧ ਬਤਾਏ, ਬ੍ਰਿਧਨ ਬ੍ਰਿਧਨ ਬ੍ਰਿਧ ਵੱਡਿਆਂ ਤੋਂ ਵੱਡਾ, ਮਹਾਨ ਤੋਂ ਮਹਾਨ ਉਹ ਦੱਸਿਆ ਜਾਂਦਾ ਹੈ, ਕਿਹਾ ਜਾਂਦਾ ਹੈ। ਭੂਮ ਆਕਾਸ਼ ਪਤਾਲ ਸਭ ਸਜ, ਧਰਤੀ ਆਕਾਸ਼ ਹੋਰ ਪਤਾਲ ਸਾਰੇ ਉਸੇ ਨੇ ਸਜਾਏ ਹਨ। ਏਕ ਅਨੇਕ ਸਦਾਏ, ਉਹ ਇੱਕ ਹੁੰਦਾ ਹੋਇਆ ਅਨੇਕਾਂ ਵਲਵਾਸਾਂ ਵਾਲਾ ਸਦਾਉਂਦਾ ਹੈ, ਕਹਾਉਂਦਾ ਹੈ। ਸੋ ਨਰ ਕਾਲ ਫਾਸ ਤੇ ਬਾਚੇ, ਮਹਾਰਾਜ ਕਹਿੰਦੇ ਉਹ ਜਿਹੜੇ ਪੁਰਸ਼ ਹੈ ਕਾਲ ਦੀ ਫਾਹੀ ਤੋਂ ਜਪ ਬਚ ਜਾਂਦੇ ਹਨ। ਜੋ ਹਰ ਸਰਨ ਸਿਧਾਏ, ਜੋ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਸਭ ਤਰ੍ਹਾਂ ਦੇ ਪਾਪਾਂ ਦਾ ਹਾਰਕ ਜਿਹੜਾ ਉਹਦੀ ਸ਼ਰਨ ਵਿੱਚ ਚਲੇ ਜਾਂਦੇ,
ਉਹਦੀ ਸ਼ਰਨ ਵਿੱਚ ਪੈ ਜਾਂਦੇ ਹਨ। ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀ ਇੱਕ ਬਿਨ ਦੂਸਰ ਸੋ ਨਾ ਚਨਾਰ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਇੱਕ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਦੂਸਰਾ ਜਾਣਿਆ ਪਛਾਣਿਆ ਨਹੀਂ ਹੈ। ਭੰਜਨ ਘੜਨ ਸਮਰੱਥ ਸਦਾ ਪ੍ਰਭ। ਹਾਂ, ਭੰਜਨ ਗੜਨ ਗੜਨ ਮੁੱਖ ਪਾਠ ਹੈ। ਭੰਜਨ ਗੜਨ ਸਮਰੱਥ ਸਦਾ ਪ੍ਰਭ, ਉਹ ਪ੍ਰਭੂ ਸਮਰੱਥ ਭੰਜਨ ਵਿੱਚ ਵੀ ਹੈ ਅਤੇ ਗੜਨ ਦਾ ਅਰਥ ਵੀ ਘੜਨਾ ਹੀ ਹੈ। ਉਹ ਜੇ ਉਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ, ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਉਹ ਘੜਨ ਵੀ ਆਉਂਦਾ ਹੈ ਅਤੇ ਗੜਨ ਵੀ ਆਉਂਦਾ ਹੈ। ਪਰ ਇੱਥੇ ਜਿਹੜਾ ਮੁੱਖ ਪਾਠ ਗੜਨ ਹੀ ਹੈ, ਦੂਜਾ ਘੜਨ ਵੀ ਹੈ। ਉਹ ਜੋ ਪਰਮੇਸ਼ਰ ਹਮੇਸ਼ਾ ਭੰਨਣ ਵਿੱਚ ਵੀ ਉਹ ਸਰਵ ਸ਼ਕਤੀਵਾਨ ਸਮਰੱਥਾ ਵਾਲਾ ਤਾਕਤ ਵਾਲਾ ਹੈ ਅਤੇ ਬਣਾਉਣ ਵਿੱਚ ਵੀ ਉਹ ਸਮਰੱਥ ਹੈ। ਜਾਣਤ ਹੈ ਕਰਤਾਰ, ਉਹ ਕਰਤਾਰ ਹੀ ਐਸਾ ਜਾਣਿਆ ਜਾਂਦਾ ਵੀ ਉਹ ਤੋੜਨ ਵਿੱਚ ਅਤੇ ਬਣਾਉਣ ਵਿੱਚ ਸਮਰੱਥ ਹੈ, ਤਾਕਤਵਰ ਹੈ, ਉਹ ਤੋਂ ਬਗੈਰ ਬਾਕੀ ਨਹੀਂ ਕੋਈ ਹੈਗਾ ਹੈ। ਰਹਾਉ ਕਹਾ ਭਇਓ ਜੋ ਅਤ ਹਿਤ ਚਿਤ ਕਰ। ਹਾਂ, ਉਹਦੀ ਪ੍ਰਾਪਤੀ ਵਾਸਤੇ ਜੇ ਭਲਾ ਕਹਿੰਦੇ ਬੜਾ ਚਿਤ ਦਾ ਹਿੱਤ ਕਰਕੇ, ਚਿਤ ਦਾ ਬਹੁਤਾ ਪ੍ਰੇਮ ਕਰਕੇ, ਬਹੁ ਬਿਦ ਸਿਲਾ ਪੁਜਾਈ, ਬਹੁਤ ਤਰ੍ਹਾਂ ਕਰਕੇ ਕਹਿੰਦੇ ਪੱਥਰ ਦੀ ਪੂਜਾ ਕੀਤੀ ਵੀ ਇਹ ਭਗਵਾਨ ਹੈ, ਠਾਕਰ ਜੀ ਹਨ। ਕਹਿੰਦੇ ਇਸ ਤਰ੍ਹਾਂ ਬਹੁਤ ਤਰ੍ਹਾਂ ਕਰਕੇ ਚਿਤ ਦਾ ਹਿੱਤ ਕਰਕੇ ਪੱਥਰ ਦੀ ਪੂਜਾ ਕੀਤੀ, ਭਲਾ ਫੇਰ ਕੀ ਹੋ ਗਿਆ, ਕੀ ਮਿਲ ਗਿਆ, ਕੁਛ ਨਹੀਂ ਲੱਭਿਆ ਹੈ। ਪ੍ਰਾਨ ਥਕਿਓ ਪਾਹਨ ਕਹਿ ਪਰਸਤ। ਹਾਂ, ਪਾਨ ਥਕਿਓ ਪਾਹਨ ਕਹਿ ਪਰਸਤ, ਉਹ ਜਿਹੜਾ ਪੱਥਰ ਦੀ ਮੂਰਤੀ ਜੀ ਹੈ ਉਹਨੂੰ ਭਾਂ ਜਾਣ ਕੇ ਉਹਨੂੰ ਹੱਥ ਛੋਹਦਿਆਂ ਛੋਹਦਿਆਂ ਹੱਥ ਕਹਿੰਦੇ ਥੱਕ ਗਏ, ਹੱਥ ਹੰਬ ਗਏ, ਕੱਛ ਕਰ ਸਿੱਧ ਨ ਆਈ। ਕੋਈ ਵੀ ਕਹਿੰਦੇ ਥੋੜੀ ਮਾਤਰ ਜਿਹੜੀ ਸਿੱਧੀ ਹੈ ਸ਼ਕਤੀ ਹੈ ਉਹ ਹੱਥ ਵਿੱਚ ਨਹੀਂ ਆਈ, ਕੋਈ ਸ਼ਕਤੀ ਨਹੀਂ ਮਿਲੀ ਹੈ, ਪੱਥਰ ਨੇ ਕੋਈ ਸ਼ਕਤੀ ਨਹੀਂ ਬਖਸ਼ੀ ਹੈ। ਅਛਤ ਧੂਪ ਦੀਪ ਅਰਪਤ ਹੈ। ਹਾਂ, ਕਹਿੰਦੇ ਦੇਖ ਤੂੰ ਪੱਥਰ ਨੂੰ ਭਗਵਾਨ ਜਾਣ ਕੇ ਪਰਮੇਸ਼ਰ ਜਾਣ ਕਰਕੇ ਉਹਦੇ ਅੱਗੇ ਅਛਤ ਕੇ ਚੌਲ ਜਿਹੇ ਰੁੰਨ ਕੇ ਵਾਲ ਕੇ ਭੇਟਾ ਕਰਦੇ, ਅਤੇ ਧੂਪ ਜੀ ਇਸ ਤਰ੍ਹਾਂ ਜਗਾਉਣਾ ਹੈ, ਦੀਵੇ ਜੇ ਜਗਾ ਕੇ ਆਰਤੀ ਜੀ ਕਰਨਾ ਹੈ। ਪਾਹਨ ਕਛੂ ਰੱਖੈ ਹੈ। ਮਹਾਰਾਜ ਕਹਿੰਦੇ ਜਿਹੜਾ ਹਵੇਈ ਪੱਥਰ ਉਹ ਕਿਤੇ ਕੁਝ ਖਾਂਦਾ ਹੁੰਦਾ, ਉਹ ਜੋ ਪਾਥਰ ਕੋ ਕਹਿਤੇ ਦੇ ਤੈ ਕੀ ਨਿਫਲ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ, ਠਾਕਰ ਹਮਰਾ ਸਦਬੋ ਲੰਤਾ ਸਰਵ ਜੀਆਂ ਕੋ ਪ੍ਰਵਧਾਨ ਦਿੱਤਾ। ਇੱਕ ਵੀਰ ਜੀ ਨੇ ਕਿਹਾ ਵੀ ਜਿਹੜੇ ਪੱਥਰ ਨੂੰ ਕੋਈ ਦੇ ਪਰਮਾਤਮਾ ਕਹੀ ਜਾਂਦੇ ਹੈ, ਪੂਜੀ ਜਾਂਦੇ ਹੈ, ਉਹਨਾਂ ਦੀ ਜਿਹੜੀ ਸੇਵਾ ਭਗਤੀ ਕੀਤੀ ਹੈ ਨਿਸਫਲ ਚਲੀ ਜਾਂਦੀ ਹੈ। ਉਹ ਨਾਰਦ ਕਰੇ ਹਾਸੇ ਪੂਜ ਕਰਾਹੀ,
ਉਹ ਨਾਰਦ ਦੇ ਕੋਲ ਕੁਝ ਗਿਆਸੂ ਜਿਹੇ ਭੋਲੇ ਭਾਲੇ ਜਿਹੇ ਆ ਗਏ ਸੀ। ਕਹਿੰਦੇ ਜੀ ਭਗਵਾਨ ਦਾ ਕਿਵੇਂ ਧਿਆਨ ਧਰੀਏ? ਤੇ ਉਹਨੇ ਕਹਿਣ ਤੇ ਵੀ ਉਹ ਮੂਰਤੀ ਜੀ ਬਣਾ ਕੇ ਦੇ ਦਿੱਤੀ, ਕਹਿੰਦੇ ਵੀ ਇਹਦਾ ਧਿਆਨ ਕਰ ਲਿਆ ਕਰੋ। ਉਹ ਮਤਲਬ ਸੀ ਵੀ ਉਹ ਜਿਵੇਂ ਬੱਚੇ ਨੂੰ ਕੋਈ ਸਹਾਰਾ ਚਾਹੀਦਾ ਹੁੰਦਾ ਨਾ, ਗੜੀਰਾ ਗੜੂੜੇ ਦੇ ਸਾਸਰੇ ਫਿਰ ਭੱਜਦਾ ਨੱਠਦਾ, ਫਿਰ ਜਦੋਂ ਵੱਡਾ ਹੋ ਜਾਂਦਾ ਸਿਆਣਾ ਹੋ ਜਾਂਦਾ ਗੜੀਰਾ ਛੱਡ ਜਾਂਦਾ ਨਾ। ਇਸ ਤਰ੍ਹਾਂ ਵੀ ਜਿਹੜਾ ਜਗਿਆਸੂ ਹੈ ਪਰਮੇਸ਼ਰ ਦੀ ਤਰਫ ਚੱਲਣ ਵਾਲਾ ਪੁਰਸ਼ ਹੈ, ਉਹ ਵੀ ਬੱਚੇ ਵਰਗਾ ਹੀ ਹੁੰਦਾ। ਉਹ ਵੀ ਉਹਨੂੰ ਕੋਈ ਸਹਾਰਾ ਚਾਹੀਦਾ। ਵੀ ਉਹ ਨਾਰਦ ਮੁਨੀ ਨੇ ਜੇ ਬੱਚੇ ਨੂੰ ਗੜੀਰਾ ਦੇ ਦਿੰਦੇ, ਉਹਦੇ ਆਸਰੇ ਉਹ ਫਿਰਦਾ ਭੱਜਾ, ਇਵੇਂ ਹੀ ਉਹਨਾਂ ਨੇ ਉਹ ਦੇ ਦਿੱਤੀ ਪੁੱਤਰ ਦੀ ਮੂਰਤੀ ਜੀ, ਵੀ ਇਹ ਭਗਵਾਨ ਹੈ, ਇਹਦਾ ਤੁਸੀਂ ਧਿਆਨ ਧਰਿਆ ਕਰੋ। ਉਹ ਮੂਰਖਾਂ ਨੇ ਹੁਣ ਉਹ ਗੜੀਰੇ ਨੇ ਫੜ ਲਿਆ, ਬੱਚਾ ਤਾਂ ਗੜੀਰੇ ਨੂੰ ਛੱਡ ਜਾਂਦਾ, ਉਹ ਜਿਹੜੀ ਇਹਨੇ ਗੜੀਰਾ ਸਹਾਰਾ ਦਿੱਤਾ ਸੀ ਧਿਆਨ ਕਰਨ ਲਈ, ਉਹ ਇਹਨਾਂ ਨੇ ਪੁੱਤਰ ਹੀ ਹੁਣ ਪੁੱਤਰ ਨੂੰ ਹੀ ਸਮਝ ਲਿਆ ਵੀ ਇਹ ਹੀ ਭਗਵਾਨ ਹੈ। ਉੱਥੇ ਕਿ ਧਿਆਨ ਕਰਨ ਵਾਸਤੇ ਉਸ ਉੱਧਰ ਲਾਉਣ ਵਾਸਤੇ ਨਾਰਦ ਨੇ ਕਿਹਾ ਸੀ ਵੀ ਚਲੋ ਇਹਨੂੰ ਭਗਵਾਨ ਸਮਝ ਕੇ ਵੀ ਧਿਆਨ ਧਰਿਆ ਕਰੋ। ਇਸ ਕਰਕੇ ਨਾਰਦ ਕਿਹਾ ਸੀ ਪੂਜ ਕਰੇ ਅੰਧੇ ਗੁੰਗੇ ਅੰਧ ਕਲਾਰ ਪਾਥਲੇ ਪੂਜੈ ਮੁਗਧ ਗਵਾਰ। ਮਹਾਂਮੂਰਖ ਲੋਕ ਪੁੱਤ ਨੂੰ ਲੈ ਕੇ ਉਹਨੂੰ ਪੂਜੀ ਜਾਂਦੇ ਹੈ, ਉਹ ਕਿਹਾ ਕੁਛ ਸੀ ਤੇ ਕਰੀ ਕੀ ਜਾਂਦੇ ਹੈ ਲਾਣਾ। ਗੁਰੂ ਕਲਗੀਧਰ ਜੀ ਇੱਥੇ ਕਹਿ ਰਹੇ ਹਨ ਪਾਹਨ ਕਛੂ ਨਖੈ ਹੈ, ਪਾਨ ਥੱਕਿਓ ਪਾਹਨ ਕਹਿ ਪਰਸਤ। ਪਾਨ ਦੇ ਥਾਂ ਪ੍ਰਾਣ ਪਾਠ ਵੀ ਆਉਂਦਾ ਦੂਜਾ, ਮੇਰੇ ਪ੍ਰਾਣ ਹੀ ਹੈ ਜੀ। ਪਾਨ ਥੱਕਿਓ ਪਾਹਨ ਕਹਿ ਪਰਸਤ, ਇਸ ਤਰ੍ਹਾਂ ਪੱਥਰ ਨੂੰ ਪਰਸਦੇ ਆ ਛੋਹਦੇ ਹਾਂ, ਕਹਿੰਦੇ ਹੱਥ ਥੱਕ ਗਏ, ਦੂਜਾ ਵੀ ਹੱਥ ਨੂੰ ਪੱਥਰ ਨੂੰ ਪਰਸਦੇ ਆ ਛੋਹਦੇ ਆ ਪੂਜਦੇ ਆ, ਪ੍ਰਾਣ ਥੱਕ ਗਏ ਯਾਨੀ ਪੂਜਦੇ ਆ ਪੂਜਦੇ ਆ ਅੰਤ ਦਾ ਸਮਾਂ ਆ ਗਿਆ, ਮਰਨ ਦੇ ਸਮੇਂ ਆ ਗਿਆ ਹੈ, ਫਿਰ ਵੀ ਕੋਈ ਹੱਥ ਵਿੱਚ ਸਿੱਧੀ ਨਹੀਂ ਆਈ ਹੈ, ਸ਼ਕਤੀ ਨਹੀਂ ਆਈ ਹੈ। ਹਾਂ ਚੌਲ ਅਰਪੀ ਜਾਂਦਾ, ਧੂਹ ਜਗਾਉਣਾ, ਦੀਵੇ ਆਰਤੀ ਕਰਨਾ, ਉਹ ਪੱਥਰ ਤਾਂ ਕੁਝ ਖਾਂਦਾ ਨਹੀਂ ਹੈ। ਤਾਂ ਮੈਂ ਕਹਾਂ ਸਿੱਧ ਹੈ ਰੇ ਜੜ, ਉਹ ਜੜ ਮੂਰਖ ਜੀਵ ਮੂਰਖ ਇਨਸਾਨ, ਉਹਦੇ ਵਿੱਚ ਭਲਾ ਕਿੱਥੇ ਪੱਥਰ ਵੀ ਸਿੱਧੀ ਹੈ ਸ਼ਕਤੀ ਹੈ। ਤੋਹੇ ਕਛੂ ਬਰਦੈ ਹੈ, ਉਹਦੇ ਵਿੱਚ ਪੱਥਰ ਵਿੱਚ ਕੋਈ ਸ਼ਕਤੀ ਹੋਵੇ ਤੇ ਫਿਰ ਤੈਨੂੰ ਕੋਈ ਬਰ ਦੇਵੇ? ਉਹ ਤਾਂ ਆਪ ਹੀ ਪੱਥਰ ਹੈ, ਆਪ ਹੀ ਜੜ ਹੈ, ਉਹ ਨਹੀਂ ਹਿਲਦਾ ਚੁਲਦਾ, ਨਾ ਬੋਲਦਾ ਚੱਲਦਾ, ਨਾ ਖਾਂਦਾ ਪੀਂਦਾ, ਤੇ ਉਹ ਸ਼ਕਤੀ ਤੋਂ ਬਿਗਣਾ ਤੈਨੂੰ ਉਹਨੇ ਕੀ ਦੇ ਦੇਣਾ ਹੈ? ਉਹ ਤਾਂ ਆਪ ਹੀ ਉਹ ਜੜ ਹੈ, ਉਹਦੇ ਵਿੱਚ ਭਲਾ ਕਿੱਥੇ ਸ਼ਕਤੀ ਹੈ ਜਿਹੜਾ ਤੈਨੂੰ ਉਹ ਸ਼ਕਤੀ ਨਾਲ ਕੋਈ ਵਰ ਦੇ ਦੇਵੇਗਾ? ਜੋ ਜੀ ਜੋ ਜੀ ਹੋਤ ਤੋ ਦੇਤ ਕਛੂ ਤੋ। ਮਹਾਰਾਜ ਕਹਿੰਦੇ ਉਹ ਪੁਰਸ਼ ਜੇ ਉਹ ਭਲਾ ਉਹਦੇ ਉਹ ਜਿਉਂਦਾ ਹੁੰਦਾ, ਉਹਦੇ ਅੰਦਰ ਜਿੰਦ ਜਾਨ ਹੁੰਦੀ ਪੱਥਰ ਵਿੱਚ, ਤਾਂ ਤੈਨੂੰ ਵੀ ਉਹ ਕੁਛ ਨਾ ਕੁਛ ਦੇ ਦਿੰਦਾ। ਮੁਰਦਾ ਤਾਂ ਨਹੀਂ ਕੁਛ ਦਿੰਦਾ, ਜਿਉਂਦਾ ਹੀ ਦਿੰਦਾ ਹੁੰਦਾ ਹੱਥੋਂ।
ਇਹਦੇ ਜਦੋਂ ਆਪ ਵੀ ਉਹ ਜਿਹੜਾ ਪੱਥਰ ਆ ਉਹ ਤਾਂ ਮਰੇ ਵਰਗਾ ਹੈ, ਉਹ ਜਾਂਦਾ ਨਹੀਂ ਹੈ, ਜਦੋਂ ਆਪ ਹੀ ਨਹੀਂ ਜਾਂਦਾ ਸੀ ਤੈਨੂੰ ਉਹਨੇ ਭਲਾ ਕੀ ਚੀਜ਼ ਦੇਣਾ ਹੈ। ਮਨ ਬਚ ਕਰਮ ਵਿਚਾਰ, ਕਹਿੰਦੇ ਮਨ ਕਰਕੇ ਵੀ ਵਿਚਾਰ, ਬਚ ਬਾਣੀ ਕਰਕੇ ਜਵਾਨ ਨਾਲ ਵੀ ਵਿਚਾਰ, ਕਰਮ ਸਰੀਰ ਕਰਕੇ ਵੀ ਉਹਦੀ ਵਿਚਾਰ ਕਰ ਲੈ, ਉਹ ਤਾਂ ਬਿਲਕੁਲ ਹੀ ਖੁਸ਼ਕ ਪੱਥਰ ਹੈ। ਕੇਵਲ ਏਕ ਸਰਨ ਸਵਾਮੀ ਬਿਨ, ਉਹ ਜਿਹੜਾ ਸਭ ਦਾ ਸਵਾਮੀ ਉਹਦੀ ਇੱਕੋ ਇੱਕ ਸ਼ਰਨ ਪਏ ਤੋਂ ਬਗੈਰ, ਇਉਂ ਨਹਿ ਕਤ ਹੈ ਉਧਾਰ। ਕਹਿੰਦੇ ਇਸ ਤਰ੍ਹਾਂ ਤਾਂ ਕਿਸ ਤਰ੍ਹਾਂ ਵੀ ਉਧਾਰ ਨਹੀਂ ਹੋ ਸਕਣਾ ਹੈ। ਉਹ ਜਿਹੜਾ ਜਿਉਂਦਾ ਜਾਗਦਾ ਪਰਮੇਸ਼ਰ ਹੈ ਉਹਦੀ ਸ਼ਰਨ ਵਿੱਚ ਪੈ ਜਾ, ਉਹਨੂੰ ਪੂਰ ਮਨ, ਫਿਰ ਉਹ ਜ਼ਰੂਰ ਉਧਾਰ ਕਰ ਦੇਵੇਗਾ। ਉਹ ਜਿੱਥੇ ਸ਼ਰਨ ਆਏ ਹੈ ਤਿੱਥੇ ਰਾਖ ਲੈ ਹੈ, ਬਿਨਾਂ ਸ਼ਰਨ ਤਾਕੀ ਨਹੀਂ ਔਰ ਕੁੱਟੂ, ਬਚੇਗਾ ਨਾ ਕੋਈ ਕਰੇ ਕਾਲ ਛੁੱਟੂ, ਲਿਖੇ ਜੰਤਰ ਕੀਤੇ ਪੜ੍ਹੇ ਮੰਤਰ ਕੁੱਟੂ, ਬਚੇਗਾ ਨਾ ਕੋਈ ਕਰੇ ਕਾਲ ਛੁੱਟੂ। ਗੁਰੂ ਕਲਗੀਧਰ ਜੀ ਨੇ ਕਿਹਾ ਹੈ ਉਹ ਸ਼ਾਮੀ ਦੀ ਸ਼ਰਨ ਪਏ ਤੇ ਫਿਰ ਇਸ ਤਰ੍ਹਾਂ ਇਹ ਪੱਥਰਾਂ ਨੂੰ ਪੂਜਿਆਂ, ਕਿਸੇ ਤਰ੍ਹਾਂ ਦਾ ਤੇਰਾ ਉਧਾਰ ਨਹੀਂ ਹੋਵੇਗਾ, ਤੇਰੀ ਕਲਿਆਣ ਨਹੀਂ ਹੋਵੇਗੀ। ਉਹ ਜਿਉਂਦੇ ਜਾਗਦੇ ਪਰਮੇਸ਼ਰ ਨੂੰ ਮਨ ਪੂਜ। ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀ, ਬਿਨ ਹਰ ਨਾਮ ਨ ਬਾਚਨ ਪੈ ਹੈ। ਕਹਿੰਦੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਉਹ ਕਾਲ ਤੋਂ ਕੋਈ ਬਚਣਾ ਨਹੀਂ ਪਾਏਗਾ। 14 ਲੋਕ ਜਾਹੇ ਬਸ ਕੀਨੇ, ਉਹ ਕਾਲ ਨੇ 14 ਲੋਕਾਂ ਦੇ ਜੀਵ ਜਿੰਨੇ ਵੀ ਹੈ ਸਾਰੇ ਆਪਣੇ ਅਧੀਨ ਕੀਤੇ ਹੋਏ। ਤਾਤੇ ਕਹਾਂ ਭਲੈ ਹੈ, ਉਹ ਪੁਰਸ਼ ਭਲਾ ਕਾਲ ਤੂੰ ਕਿੱਥੇ ਭਲੈ ਭਲੈ ਹੈ, ਭੱਜ ਜਾਏਗਾ ਤੂੰ ਕਿੱਥੇ, ਭੱਜ ਕੇ ਬਚ ਜਾਏਗਾ। ਉਹਨੇ ਤਾਂ 14 ਲੋਕਾਂ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ। ਰਹਾਉ ਰਾਮ ਰਹੀਮ ਉਬਾਰ ਨ ਸਕ ਹੈ, ਭਲਾ ਤੂੰ ਕਹਿ ਵੀ ਮੈਂ ਰਾਮ ਦਾ ਸਹਾਰਾ ਲੈ ਲੂੰ, ਉਹ ਮੈਨੂੰ ਕਾਲ ਤੋਂ ਬਚਾ ਲੂ, ਮੈਂ ਰਹੀਮ ਦੀ ਸ਼ਰਨ ਵਿੱਚ ਚਲਿਆ ਜਾਊਂਗਾ। ਪਰ ਕਹਿੰਦੇ ਰਾਮ ਰਹੀਮ ਜਿਹੜੇ ਹੈ ਇਹ ਵੀ ਕਾਲ ਤੋਂ ਤੈਨੂੰ ਬਚਾ ਨਹੀਂ ਸਕਣਗੇ। ਜਾ ਕਰ ਨਾਮ ਰਟੈ ਹੈ, ਜਿਨ੍ਹਾਂ ਦਾ ਨਾਮ ਭਾਵੇਂ ਤੂੰ ਸਾਰੀ ਜ਼ਿੰਦਗੀ ਉਚਾਰਨ ਕਰੀ ਜਾਏ, ਰਟੀ ਜਾਏ, ਜਪੀ ਜਾਏ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸਤੇ, ਕਲਗੀਧਰ ਜੀ ਸਪਸ਼ਟ ਕਹਿੰਦੇ ਬ੍ਰਹਮਾ ਵੀ ਵਿਸ਼ਨੂੰ ਵੀ ਰੁਦਰ ਸ਼ਿਵ ਜੀ ਵੀ ਤੇ ਚੰਦਰਮਾ ਵੀ ਸੂਰਜ ਵੀ ਤੇ ਬਸ ਕਾਲ ਸਭ ਹੈ, ਸਾਰੇ ਕਾਲ ਦੇ ਅਧੀਨ ਹਨ। ਇਹ ਕਾਲ ਦਾ ਖਾਈਆ ਹੈ, ਸਭ ਮੌਤ ਦੇ ਅਧੀਨ ਹੈ, ਸਭ ਨੂੰ ਮੌਤ ਨੇ ਮਾਰਨਾ ਹੈ, ਕਾਲ ਨੇ ਇਹਨਾਂ ਨੂੰ ਗ੍ਰਸ ਲੈਣਾ ਹੈ। ਵੇਦ ਪੁਰਾਨ ਕੁਰਾਨ ਸਭੈ ਮਤ, ਹਾਂ ਵੇਦ ਚਾਰ ਵੇਦ ਚਾਰ ਵੇਦ ਚਾ 18 ਪੁਰਾਣ 18 ਪੁਰਾਣ ਹੋਰ ਜਿਹੀਆਂ ਮੁਸਲਮਾਨਾਂ ਦੀਆਂ ਚਾਰ ਕਿਤਾਬਾਂ, ਕੁਰਾਨ ਮਜੀਦ ਹੈ, ਅੰਜੀਲ ਹੈ, ਤ੍ਰੇਤ ਹੈ, ਜ਼ਬੂਰ ਹੈ,
ਇਹ ਹੋਰ ਜਿਹੜੇ ਸਭ ਤਰ੍ਹਾਂ ਦੇ ਮਤ ਮਤਾਂਤਰ ਹਨ, ਜਾ ਕਹਿ ਨੇਤ ਕਹਿ, ਹਾਂ ਜਿਹਦੇ ਤਾਂ ਉਹ ਬੇਅੰਤ ਬੇਅੰਤ ਕਰਕੇ ਕਹਿੰਦੇ ਹੈ, ਫਿਰ ਵੀ ਉਹਨੂੰ ਬੇਅੰਤ ਨਾਈਟੀ ਕਹਿੰਦੇ ਹੈ, ਪੁਰਾਣਾਂ ਦੇ ਕਰਤੇ ਵੀ ਉਹਨੂੰ ਬੇਅੰਤ ਬੰਤ ਕਹਿੰਦੇ ਹੈ। ਮੁਸਲਮਾਨਾਂ ਦੀਆਂ ਚਾਰ ਕਿਤਾਬਾਂ ਦੇ ਪੜ੍ਹਨ ਪੜਾਉਣ ਵਾਲੇ ਸਭ ਨੂੰ ਬੇਅੰਤ ਬੇਅੰਤ ਆਖਦੇ ਹਨ। ਇੰਦਰ ਫਨਿੰਦਰ ਮੁਨਿੰਦਰ ਕਲਪ ਬਹੁ, ਹਾਂ ਇੰਦਰ ਵੀ ਫਨਿੰਦਰ ਜਿਹੜਾ ਸ਼ੇਸ਼ ਨਾਗ ਹੈ, ਮੁਨੀਆਂ ਦੇ ਇੰਦਰ ਜਿਹੜੇ ਹਨ ਬੜੇ ਮੁਨੀ ਹਨ, ਬ੍ਰਹਮਾ ਦੇ ਕਲਪ ਦਿਨ ਤੱਕ ਧਿਆਵਤ ਧਿਆਨ ਨ ਹੈ, ਧਿਆਉਂਦੇ ਹਨ ਤਾਂ ਵੀ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਉਹ ਆਇਆ ਹੈ। ਜਾਕਰ ਰੂਪ ਰੰਗ ਨਹਿ ਜਾਨੀਅਤ, ਦੁਬਾਰਾ ਕਹਿੰਦੇ ਜਿਸ ਪਰਮੇਸ਼ਰ ਦਾ ਕੋਈ ਰੂਪ ਆਕਾਰ ਇਸੇ ਤਰ੍ਹਾਂ ਰੰਗ ਵਗੈਰਾ ਨਹੀਂ ਜਾਣਿਆ ਜਾਂਦਾ ਹੈ। ਸੋ ਕਿਮ ਸਿਆਮ ਕਹਿ ਹੈ, ਉਹਨੂੰ ਭਲਾ ਕਿਵੇਂ ਸਿਆਮ ਰੰਗ ਵਾਲਾ ਕਿਹਾ ਜਾ ਸਕਦਾ ਹੈ? ਇਹ ਤਾਂ ਸਾਡੀ ਕਪੋਲ ਮਾਉਣ ਵਾਲਾ ਵੀ ਉਹ ਸ਼ਿਆਮ ਰੰਗ ਵਾਲਾ ਸੀ, ਉਹ ਗੌਰ ਰੰਗ ਵਾਲਾ ਸੀ, ਉਹ ਤਾਂ ਰੂਪ ਨਾਲ ਰੰਗ ਨਾਲ ਕਿਸੇ ਗੁਣ ਤੇ ਪ੍ਰਪਿੰਨ ਹੈ, ਚੱਕਰ ਚੇਨ ਅਰ ਬਰ ਜਾਤ ਅਰ ਪਾਤ ਨੈ ਰੂਪ ਰੰਗ ਰੇਖ ਭੇਕੂ ਕਹਿ ਨਾ ਸਕਤ ਕਹਿ। ਉਹ ਕਿਵੇਂ ਸ਼ਿਆਮ ਰੰਗ ਵਾਲਾ ਕਿਹਾ ਕਹਾਇਆ ਜਾ ਸਕਦਾ ਹੈ? ਛੁੱਟ ਹੋ ਕਾਲ ਜਾਲ ਤੇ ਤਬ ਹੀ, ਮਹਾਰਾਜ ਅਖੀਰ ਤੇ ਸਿਧਾਂਤਮੀ ਲਫ਼ਜ਼ ਕਹਿੰਦੇ ਹੈ ਕਿ ਹੇ ਭਾਈ ਇਹ ਕਾਲ ਦੀ ਫਾਹੀ ਤੋਂ ਤਾਂ ਹੀ ਤੁਸੀਂ ਛੁੱਟ ਸਕੋਗੇ। ਤਾਹੇ ਚਰਨ ਲਪਟੈ ਹੈ, ਉਹਦੇ ਭੱਜ ਕੇ ਚਰਨਾਂ ਨਾਲ ਲਿਪਟ ਜਾਓਗੇ, ਚਿੰਬੜ ਜਾਓਗੇ, ਪਰਮੇਸ਼ਰ ਦੇ ਚਰਨਾਂ ਨੂੰ ਜੱਫਾ ਮਾਰ ਲਓਗੇ, ਫੜ ਲਓਗੇ, ਫਿਰ ਤਾਂ ਕਾਲ ਦੇ ਜਾਲ ਤੋਂ ਫਸ ਜਾਓਗੇ। ਨਹੀਂ ਤਾਂ ਵੀ ਕਾਲ ਤੁਹਾਨੂੰ ਬਾਰ ਬਾਰ ਮਾਰੇਗਾ, ਬਹੁਤ ਬਾਰ ਬਾਰ ਮਾਰੇਗੀ, ਕੋਈ ਨਹੀਂ ਬਚ ਸਕੇਗਾ। ਅਖੀਰੀ ਇਸ ਸਿਧਾਂਤ ਦੇ ਵਚਨ ਕਹਿ ਕੇ ਇੱਥੇ ਜਿਹੜੇ ਮੁੱਖ ਸ਼ਬਦ ਸੀ, ਹਜ਼ਾਰੇ ਦੇ ਸ਼ਬਦ ਸੀ, ਉਹਨਾਂ ਦੀ ਇਹ ਸਮਾਪਤੀ ਕੀਤੀ। ਆਪ ਜੀ ਨੇ ਇਹਨਾਂ ਸ਼ਬਦਾਂ ਨੂੰ ਭਾਈ ਮਨੀ ਸਿੰਘ ਜੀ ਨੇ ਆਪਣੇ ਘਰ ਕਮਲਾਂ ਨਾਲ ਲਿਖਿਆ, ਸਾਡੇ ਲਈ, ਸਾਡੇ ਭਲੇ ਲਈ, ਉਹ ਗੁਰੂ ਕਿਰਪਾ ਮਹਾਰਾਜ ਜੀ ਨਾਲ ਬਖਸ਼ਿਸ਼ ਨਾਲ ਆਪਾਂ ਜਿਹੜੀ ਸਮਾਪਤੀ ਕੀਤੀ ਹੈ। ਅਗਲੇ ਸ਼ਬਦ ਹੀ ਉਹ ਸਵਈਏ ਹੀ ਹਨ, ਹੋ ਸਵਈਏ ਛੰਦ ਵਿੱਚ ਹਨ, ਉਹ ਹਨ 33 ਸਵਈਏ ਨੂੰ ਵੀ ਕਹਿੰਦੇ, ਉਹਨਾਂ ਨੂੰ 34 ਸਵਈਏ ਵੀ ਕਹਿੰਦੇ ਹਨ, ਕਈਆਂ ਸਰੂਪਾਂ ਦੇ ਵਿੱਚ 35 ਵੀ ਹਨ, ਉਹ ਆਮ 33 ਹਨ ਅਤੇ ਉਹ ਜਿਹੜੇ ਕੋਈ ਪੁਰਾਤਨ ਲਿਖਤੀ ਸਰੂਪ ਉਹਨਾਂ ਵਿੱਚ 34 ਆਉਂਦੇ ਹੈ। ਕਈਆਂ ਨੇ ਆ ਜਿਹੜਾ ਪਹਿਲਾ ਸਵਈਆ ਹੈ ਉਹ ਸਰੂਪਾਂ ਵਿੱਚ ਨਹੀਂ ਛਾਪਿਆ ਹੈ, ਪਰ ਸੰਪਰਦਾ ਵਿੱਚ ਇਸ ਨੂੰ ਇਹ ਤਰਜੀਹ ਦਿੱਤੀ ਜਾਂਦੀ ਹੈ ਵੀ ਇਹ ਮੰਗਲ ਰੂਪ ਦੇ ਵਿੱਚ ਇਹ ਸਵਈਆ ਹੈ। ਜਿਵੇਂ ਹੋਰ ਮੰਗਲ ਰੂਪ ਵਿੱਚ ਪਹਿਲਾਂ ਲਫ਼ਜ਼ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗੁਰ ਪ੍ਰਸਾਦ
ਜਪਾਲ ਸਚ ਗਾਲ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇਹ ਸਾਰੇ ਵਸਤੂ ਨਿਰਦੇਸ਼ ਮੰਗਲ ਰੂਪ ਵਿੱਚ ਲੱਭਦ ਹੈ, ਇਸ ਕਰਕੇ ਉਹ ਵੀ ਉਹ ਮੰਗਲ ਰੂਪ ਹੋਣ ਕਰਕੇ ਉੱਥੇ ਵੀ ਏਕਾ ਲਿਖਿਆ। ਉਦੋਂ ਬਾਅਦ ਫਿਰ ਬਾਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹ ਇੱਕ ਪੌੜੀ ਪੂਰੀ ਹੁੰਦੀ ਹੈ ਜਿਸ ਕਰਕੇ ਏਕਾ ਲਿਖਿਆ। ਉਹ ਕੋਈ ਕਹਿੰਦਾ ਵੀ ਇਹ ਜਿਹੜਾ ਇਹ ਦੋ ਵਾਰੀ ਏਕਾ ਕਿਉਂ ਲਿਖਿਆ ਹੈ, ਵੀ ਇਸ ਕਰਕੇ ਜਿਹੜਾ ਪਹਿਲਾ ਸ਼ਬਦ ਹੈ ਨਾ ਇਹ ਮਹਾਰਾਜ ਦਾ ਨਹੀਂ ਹੈ, ਵੀ ਇਹ ਦੋ ਵਾਰੀ ਏਕਾ ਨਹੀਂ ਹੋਣਾ ਚਾਹੀਦਾ, ਇੱਕ ਸ਼ਬਦ ਹੀ ਸੀ ਇਹ, ਵੀ ਵਿੱਚ ਇਹ ਪਾਇਆ ਵੀ ਮੂਹਰਲਾ ਕੱਢਤਾ ਕਈਆਂ ਨੇ। ਹਜ਼ੂਰ ਸਾਹਿਬ ਵਾਲਿਆਂ ਨੇ ਵੀ ਅਸਰੂਪ ਛਾਪਿਆ, ਉਹਨਾਂ ਨੇ ਵੀ ਇਹ ਸਵਈਆ ਨਹੀਂ ਛਾਪਿਆ। ਸ਼ਿਕਾਰ ਘਾਟ ਜਿਹੜਾ ਸਰੂਪ ਹੈ ਦੱਸਦੇ ਵੀ ਉਹਦੇ ਵਿੱਚ ਇਹ ਸਵਈਆ ਹੈਗਾ, ਹੋਰ ਕਈ ਪੁਰਾਤਨ ਸਰੂਪਾਂ ਵਿੱਚ ਹੈਗਾ ਹੈ। ਉਹਦੀ ਕੱਲ੍ਹ ਨੂੰ ਆਪਾਂ ਵਿਚਾਰ ਪ੍ਰਾਰੰਭ ਕਰਾਂਗੇ। ਸਮਾਂ ਹੋਇਆ ਇੱਥੇ ਸਮਾਪਤੀ ਹੈ। ਜਾ ਕਰ ਰੂਪ ਰੰਗ ਨਹਿ ਜਨੀਅਤ, ਸੋ ਕਿਮ ਸਿਆਮ ਕਹਿ ਹੈ, ਛੁਟ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਰ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਢੇ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਰਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾਨ ਰੱਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਜ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚਰੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਚਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਚਾਰਨ ਹਾਰ।